ਸਿੱਧੂ ਸਾਹਿਬ ਦੀ ਜਿਹੜੀ ਗੱਲਬਾਤ ਆ ਉਹ ਬਿਲਕੁਲ ਗਲਤ ਮਗਾਲਤੇ 'ਚ ਆ ਕਿ ਮੈਨੂੰ ਮੁੱਖ ਮੰਤਰੀ ਬਣਾਉਣਾ ਚਾਹੀਦਾ ਜਾਂ ਮੈਨੂੰ ਡਿਪਟੀ ਮੁੱਖ ਮੰਤਰੀ ਬਣਾਉਣਾ ਚਾਹੀਦਾ ਜਾਂ ਮੈਨੂੰ ਪਾਰਟੀ ਪ੍ਰਧਾਨ ਬਣਾਉਣਾ ਚਾਹੀਦਾ। ਪਰ ਖਬਰਾਂ ਇਹ ਨੇ ਕਿ ਜਿਹੜੇ ਕੈਪਟਨ ਸਾਹਿਬ ਨੇ ਉਹ ਵਜ਼ੀਰੀ ਤੋਂ ਬਿਨਾਂ ਉਹਨਾਂ ਨੂੰ ਕੁਝ ਦੇਣਾ ਨਹੀਂ ਚਾਹੁੰਦੇ। ਪਰ ਜਦੋਂ ਬੱਚਾ ਰਿਆੜ ਕਰਦਾ ਆ, ਜੇ ਉਹ ਮਾਂ ਕੋਲ ਜਾਂ ਬਾਪ ਕੋਲ ਕਿਸੇ ਗੱਲ ਲਈ ਗੁੱਸੇ ਹੁੰਦਾ ਤੇ ਭਾਵੇਂ ਉਹ ਨਹੀਂ ਮੰਗਦਾ ਪਰ ਘਰਦਿਆਂ ਨੂੰ ਪਤਾ ਹੁੰਦਾ ਕਿ ਉਹ ਚਾਹੁੰਦਾ ਕੀ ਆ। ਬਹੁਤ ਸਾਰੇ ਲੋਕ ਕਹਿਣਗੇ ਕਿ ਸਿੱਧੂ ਬਹੁਤ ਇਮਾਨਦਾਰ ਬੰਦਾ ਆ, ਬਹੁਤ ਚੰਗਾ ਬੰਦਾ ਆ, ਉਹਦੀ ਗੱਲ ਸੁਣੀ ਜਾਣੀ ਚਾਹੀਦੀ ਸੀ। ਬਿਲਕੁਲ ਠੀਕ ਗੱਲ ਆ ਕਿ ਉਹਦੀ ਗੱਲ ਸੁਣੀ ਜਾਣੀ ਚਾਹੀਦੀ ਸੀ। ਕੈਪਟਨ ਨਾਲ ਚਾਹ ਪੀ ਕੇ ਇਹਨਾਂ ਨੇ 3 ਟਵੀਟ ਕੀਤੇ ਨੇ ਤੇ 3 ਬੜੇ ਢੱਕ ਲਪੇਟ ਕੇ ਕੀਤੇ ਨੇ ਕਿ ਸਿੱਧੂ ਨੂੰ ਸਿੱਧੀ ਗੱਲ ਕਰਨੀ ਨਹੀਂ ਆਉਂਦੀ ਕਿ ਕਰਨਾ ਨਹੀਂ ਚਾਹੁੰਦੇ। ਸਿੱਧੂ ਸਾਹਿਬ ਵਾਲਾ ਜਿਹੜਾ ਚੈਪਟਰ ਆ ਉਹ ਇਹਨਾਂ ਦੀ ਆਪਣੀ ਮਰਜ਼ੀ ਤੇ ਆ ਕਿ ਜੇ ਤਾਂ ਇਹ ਮਿਲ ਕੇ ਚੱਲਣਾ ਚਾਹੁੰਦੇ ਨੇ ਤਾਂ ਚੱਲ ਸਕਦੇ ਨੇ। ਜ਼ਰੂਰੀ ਨਹੀਂ ਆ ਕਿ ਤੁਸੀਂ ਰੇਤ ਮਾਫੀਏ ਨੂੰ ਹੀ ਖਤਮ ਕਰਨਾ ਆ, ਤੁਸੀਂ ਕੋਈ ਵੀ ਕੰਮ ਕਰਕੇ ਦਿਖਾਓ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਜੀ ਆਇਆਂ ਆਖਦੇ ਹਾਂ, ਤੁਹਾਡਾ ਮਨਪਸੰਦ ਪ੍ਰੋਗਰਾਮ ਵਿਚਾਰ ਚਰਚਾ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਏ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਚਰਚਾ ਕਰਾਂਗੇ ਕਿ ਕੱਲ ਭਾਰਤ ਬੰਦ ਨੂੰ ਕਿੰਨਾ ਕੁ ਹੁੰਗਾਰਾ ਮਿਲਿਆ, ਕਿੰਨਾ ਕੁ ਸਫਲ ਰਿਹਾ ਇਹ ਭਾਰਤ ਬੰਦ। ਗੈਂਗਸਟਰ ਤੋਂ ਸਿਆਸਤ ਵਿੱਚ ਆਏ ਮੁਖਤਾਰ ਅੰਸਾਰੀ ਬਾਰੇ ਸੁਪਰੀਮ ਕੋਰਟ ਨੇ ਕੀ ਹੁਕਮ ਸੁਣਾਇਆ ਹੈ। PM ਮੋਦੀ ਬੰਗਲਾਦੇਸ਼ ਦੇ ਦੌਰੇ 'ਤੇ ਨੇ ਅਤੇ ਉਹਨਾਂ ਦੇ ਇਸ ਦੌਰੇ ਬਾਰੇ ਸਾਡੇ ਮਾਹਿਰ ਮਹਿਮਾਨ ਦੇ ਸਮੀਕਰਨ ਅੱਜ ਕੀ ਆਖਦੇ ਨੇ, ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮੁੱਦਿਆਂ 'ਤੇ ਗੱਲਬਾਤ ਕਰਾਂਗੇ। ਇਸ ਵੇਲੇ ਮੇਰੇ ਨਾਲ ਸਟੂਡੀਓ 'ਚ ਮੌਜੂਦ ਨੇ ਸਾਡੇ ਮਾਹਿਰ ਮਹਿਮਾਨ ਅੰਮ੍ਰਿਤਪਾਲ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਸ਼ਰਮਾ ਜੀ, ਸਵਾਗਤ ਕਰਦੇ ਹਾਂ ਜੀ। ਧੰਨਵਾਦ ਸਵਲੀਨ ਜੀ, ਕੀ ਹਾਲ ਚਾਲ? ਬਸ ਜੀ, ਬਹੁਤ ਵਧੀਆ। ਕੱਲ੍ਹ ਫਿਰ ਬੰਦ ਰੱਖਿਆ ਤੁਸੀਂ ਪੰਜਾਬ? ਸਾਰਾ ਬੰਦ ਰੱਖਿਆ, ਮੈਂ ਕਿਹਾ ਸਾਸੂ ਲੈ ਲੈਣ ਸਾਰੇ ਜੀ। ਸ਼ਰਮਾ ਜੀ, ਕੱਲ੍ਹ ਭਾਰਤ ਬੰਦ ਦੀ ਹੀ ਗੱਲ ਕਰਦੇ ਹਾਂ, ਕੱਲ੍ਹ ਭਾਰਤ ਬੰਦ ਨੂੰ ਕਿੰਨਾ ਕੁ ਹੁੰਗਾਰਾ ਮਿਲਿਆ ਆ? ਜਿੱਥੋਂ ਤੱਕ ਭਾਰਤ ਬੰਦ ਦੀ ਗੱਲ ਆ, ਉਹਨੂੰ ਮਿਲਿਆ ਜੁਲਿਆ ਹੁੰਗਾਰਾ ਮਿਲਿਆ ਕਹਿ ਸਕਦੇ ਜੀ। ਅਤੇ ਜੇ ਅਸੀਂ ਗੱਲ ਕਰੀਏ ਜਿੱਥੋਂ ਇਸ ਕਿਸਾਨ ਅੰਦੋਲਨ ਦੀ ਸ਼ੁਰੂਆਤ ਹੋਈ ਆ, ਪੰਜਾਬ ਦੀ, ਉਹ ਮੁਕੰਮਲ ਬੰਦ ਸੀ ਜੀ। ਇਹਨੂੰ ਜੇ ਅਸੀਂ 100% ਬੰਦ ਵੀ ਕਹਿ ਲਈਏ ਤਦ ਵੀ ਇਹ ਗੱਲ ਠੀਕ ਹੋਵੇਗੀ। ਬਿਲਕੁਲ, ਜਿੰਨੇ ਕੁ ਸ਼ਹਿਰਾਂ ਦੇ ਵਿੱਚ ਅਸੀਂ ਦੇਖਣ ਨੂੰ ਗਏ ਜਾਂ ਕਿਤੇ ਘੁੰਮਣ ਦਾ ਜਾਣ ਦਾ ਮੌਕਾ ਮਿਲਿਆ ਇਸ ਸੰਬੰਧ ਦੇ ਵਿੱਚ, ਜਾਂ ਫਿਰ ਕਿਸੇ ਨਾਲ ਟੈਲੀਫੋਨ 'ਤੇ ਗੱਲ ਹੋਈ, ਸਿਰਫ ਔਰ ਸਿਰਫ ਮੈਡੀਕਲ ਸਟੋਰ ਜਿਹੜੇ ਸੀ ਉਹ ਖੁੱਲ੍ਹੇ ਸੀ ਜੀ, ਜਾਂ ਫਿਰ ਐਮਰਜੈਂਸੀ, ਕਿਸੇ ਦਾ ਕੋਈ ਵਿਆਹ ਦਾ ਸੀਨ ਸੀ ਜਾਂ ਕਿਸੇ ਕੁਛ ਮਰੀਜ਼ ਦੇ ਜਾਣ ਦੀ ਗੱਲ ਸੀ, ਮਰੀਜ਼ ਦੇ ਐਂਬੂਲੈਂਸ ਦੀ ਸੀ, ਉਹਨੂੰ ਰਸਤਾ ਜ਼ਰੂਰ ਦਿੱਤਾ ਜਾ ਰਿਹਾ ਸੀ, ਉਹਦੇ ਲਈ ਕਿਤੇ ਕੋਈ ਪਰੇਸ਼ਾਨੀ ਦਾ ਸਬੱਬ ਨਹੀਂ ਸੀ। ਅਦਰਵਾਈਜ਼ ਇਹਨਾਂ ਚੀਜ਼ਾਂ ਨੂੰ ਛੱਡ ਦਈਏ ਤਾਂ ਬਾਕੀ ਪੰਜਾਬ 'ਤੇ ਮੁਕੰਮਲ ਬੰਦ ਸੀ ਜੀ, ਚਾਹੇ ਉਹ ਰੇਲਵੇ ਸੀ, ਚਾਹੇ ਉਹ ਟਰਾਂਸਪੋਰਟ ਸੀ, ਹੈਵੀ ਟਰਾਂਸਪੋਰਟ ਸੀ, ਚਾਹੇ ਉਹ ਛੋਟੀਆਂ ਗੱਡੀਆਂ ਸੀ ਅਤੇ ਚਾਹੇ ਉਹ ਬਾਜ਼ਾਰ ਸੀ ਜੀ। ਈਵਨ ਕਿ ਵੱਡੀਆਂ ਦੁਕਾਨਾਂ, ਛੋਟੀਆਂ ਦੁਕਾਨਾਂ, ਮੋਲਸ, ਛੋਟੇ ਪਿੰਡਾਂ ਦੇ ਵਿੱਚ ਵੀ ਜਿਹੜੀਆਂ ਸੜਕਾਂ 'ਤੇ ਦੁਕਾਨਾਂ ਸੀ ਉਹ ਵੀ ਬੰਦ ਦੇਖਣ ਨੂੰ ਮਿਲੀਆਂ ਜੀ। ਉਹਦੀ ਵਜ੍ਹਾ ਇਹੀ ਸਮਝ ਆਉਂਦੀ ਆ ਕਿ ਆਮ ਜਿਹੜਾ ਜਨ ਆ, ਆਮ ਜਿਹੜੇ ਲੋਕ ਆ, ਜਿਹੜਾ ਸਾਡਾ ਸਮਾਜ ਆ, ਉਹ ਸਾਰਾ ਹੀ ਇਸ ਸਮੱਸਿਆ ਦੇ ਜਿਹੜੇ ਪੀੜਿਤ ਲੋਕ ਨੇ, ਜਾਣੀ ਕਿ ਜਿਹੜੀ ਸਾਡੀ ਕਿਸਾਨ ਭਾਈਚਾਰਾ ਆ, ਉਹਦੇ ਨਾਲ ਖੜ੍ਹੇ ਨੇ ਜੀ ਜੀ। ਹਰਿਆਣੇ ਦੇ ਵਿੱਚ ਵੀ ਬਹੁਤ ਵੱਡਾ ਜਿਹੜਾ ਉਹਦਾ ਹੁੰਗਾਰਾ ਮਿਲਿਆ, ਲਗਭਗ ਪੰਜਾਬ ਵਰਗਾ ਹੀ ਹਾਲਾਤ ਜਿਹੜੇ ਹਰਿਆਣੇ ਦੇ ਰਹੇ ਜੀ। ਅਤੇ ਪੰਜਾਬ ਅਤੇ ਹਰਿਆਣੇ ਤੋਂ ਪਹਿਲਾਂ ਵੀ ਇਸ ਗੱਲ ਦੀ ਆਸ ਸੀ ਕਿ ਕਿਸਾਨ ਅੰਦੋਲਨ ਦੀ, ਕਿਉਂਕਿ ਜਿਹੜੀ ਜਨਮ ਭੂਮੀ ਆ ਉਹ ਇਹੀ ਧਰਤੀ ਬਣੀ ਆ, ਅਤੇ ਇਹ ਜਿਹੜਾ ਬੰਦ ਇਹ ਹੋਣਾ ਹੀ ਸੀ। ਪਰ ਗੱਲ ਇਹ ਆ ਕਿ ਇਸ ਬੰਦ ਦਾ ਜਿਸ ਕੰਮ ਲਈ ਕੀਤਾ ਗਿਆ, ਜਿਸ ਪ੍ਰਭਾਵ ਨੂੰ ਬਣਾਉਣ ਲਈ ਕੀਤਾ ਗਿਆ ਸਰਕਾਰ 'ਤੇ, ਕੀ ਉਸ ਪ੍ਰਭਾਵ ਦੀ ਕੋਈ ਛਾਪ ਨਜ਼ਰ ਆਉਂਦੀ ਆ ਜਾਂ ਕੁਝ ਹਿਲਜੁਲ ਹੋਈ ਆ? ਅਤੇ ਉਦੋਂ ਤੋਂ ਮੈਨੂੰ ਲੱਗਦਾ ਕਿ ਇੱਕ ਤਾਂ ਜਿਹੜਾ ਨੈਸ਼ਨਲ ਮੀਡੀਆ ਆ ਉਹਨੇ ਇਹਨੂੰ ਕਿਤੇ ਬਹੁਤ ਵੱਡਾ ਰੂਪ ਦੇ ਵਿੱਚ ਦਿਖਾਇਆ ਨਹੀਂ। ਸਾਡੇ ਜਿਹੜੇ ਵੈਬ ਚੈਨਲਸ ਨੇ ਜਾਂ ਸੋਸ਼ਲ ਮੀਡੀਆ ਦੇ ਚੈਨਲਸ ਨੇ ਜਾਂ ਕੁਝ ਇੱਕਾ ਦੁੱਕਾ ਟੀਵੀ ਜਿਹੜੇ ਸਾਡੇ ਆਪਣੇ ਨੇ ਪੰਜਾਬ ਦੇ ਨੇ, ਉਹਨਾਂ ਨੂੰ ਛੱਡ ਦਈਏ ਅਤੇ ਬਾਕੀ ਕਿਸੇ 'ਤੇ ਵੀ ਬੰਦ ਦੀ ਕੋਈ ਵੱਡੀ ਖਬਰ ਜਿਹੜੀ ਆ ਉਹ ਨਹੀਂ ਦਿਖਾਈ। ਅਤੇ ਸਰਕਾਰ ਨੇ ਜਿਹੜਾ ਸਰਕਾਰ ਦਾ ਧਿਆਨ ਆ, ਜਿਹੜੀ ਸਾਡੀ ਧਿਰ ਆ ਜਿਹਦੇ ਨਾਲ ਇਸ ਅੰਦੋਲਨ ਦੀ ਗੱਲਬਾਤ ਜਾਰੀ ਹੋਣੀ ਚਾਹੀਦੀ ਆ, ਉਸ ਸਰਕਾਰ ਦਾ, ਜੇ ਆਪਾਂ ਕੇਂਦਰ ਸਰਕਾਰ ਦੀ ਗੱਲ ਕਰੀਏ ਤਾਂ ਸਾਰੇ ਦਾ ਸਾਰਾ ਧਿਆਨ ਜਿਹੜਾ ਇਸ ਵੇਲੇ 5 ਇਲੈਕਸ਼ਨਸ ਜਿਹੜੀਆਂ ਸਾਡੇ ਸਟੇਟਾਂ ਦੀਆਂ ਚੱਲ ਰਹੀਆਂ ਉਹਦੇ 'ਤੇ ਆ ਜੀ ਜੀ। ਅਤੇ ਇਸ ਦੇ ਨਾਲ ਨਾਲ ਜਾਂ ਫਿਰ ਉਹਨਾਂ ਦਾ ਜਿਹੜਾ ਧਿਆਨ ਆ ਉਹ ਇਸ ਅੰਦੋਲਨ ਨੂੰ ਕਿਤੇ ਨਾ ਕਿਤੇ ਤਾਰ ਪੀਡੋ ਕਰਨ 'ਤੇ ਆ, ਅਤੇ ਕਿਸਾਨਾਂ ਦੇ ਖਿਲਾਫ਼ ਜਿਹੜਾ ਉਹਨਾਂ ਨੇ ਕਾਰਪੋਰੇਟਸ ਨੂੰ ਪ੍ਰੋਫਿਟੇਬਲ ਕਰਨ ਦਾ ਜਿਹੜਾ ਵੀੜਾ ਚੁੱਕਿਆ ਹੋਇਆ ਉਹਦੇ 'ਤੇ ਆ। ਸੋ ਇਹ ਬੰਦ ਜੇ ਸਾਰੇ ਭਾਰਤ ਦੇ ਵਿੱਚ ਵੀ ਬੰਦ ਸੀ ਤਦ ਵੀ ਉਹ ਜਿਹੜੀ ਧਿਰ ਆ ਉਹਦੇ ਉੱਤੇ ਇਹਦਾ ਕੋਈ ਬਹੁਤਾ ਅਸਰ ਜਿਹੜਾ ਆ ਉਹ ਨਜ਼ਰ ਆ ਨਹੀਂ ਰਿਹਾ। ਜੇ ਪੰਜਾਬ ਅਤੇ ਹਰਿਆਣੇ ਤੋਂ ਬਾਹਰ ਦੀ ਗੱਲ ਕਰੀਏ ਤਾਂ ਹਿੰਦੁਸਤਾਨ ਦੇ ਵਿੱਚ ਕਿੱਦਾਂ ਦਾ ਬੰਦ ਦੇਖਣ ਨੂੰ ਮਿਲਿਆ ਕੱਲ੍ਹ? ਮੈਂ ਪਹਿਲਾਂ ਹੀ ਗੱਲ ਕੀਤੀ ਕਿ ਪੰਜਾਬ ਅਤੇ ਹਰਿਆਣਾ ਜਾਂ ਉੱਤਰੀ ਭਾਰਤ ਜਿਹਨੂੰ ਕਹਿ ਲਈਏ ਉਹ ਮੁਕੰਮਲ ਬੰਦ ਸੀ ਜੀ। ਉੱਤਰੀ ਭਾਰਤ ਦੇ ਵਿੱਚ ਹਾਲਾਂਕਿ ਹਿਮਾਚਲ, JNK ਅਤੇ UP ਵੀ ਆਉਂਦੀ ਆ,
ਰਾਜਸਥਾਨ ਵੀ ਉਹਦੇ 'ਚ ਹਿੱਸੇਦਾਰ ਆ, ਵੱਡਾ ਬੰਦ ਸੀ ਉਹਦੇ 'ਚ ਵੀ। ਯੂਪੀ ਦਾ ਵੀ ਜਿਹੜਾ ਜਾਟ ਬਾਲ ਇਲਾਕਾ ਆ, ਜਿਹੜਾ ਵੈਸਟਰਨ ਯੂਪੀ ਆ, ਉਹ ਬੰਦ ਸੀ। ਰਾਜਸਥਾਨ ਦੇ ਵਿੱਚ ਵੀ, ਕਿਉਂਕਿ ਬੀਜੇਪੀ ਸਟੇਟ ਗੌਰਮੈਂਟ ਦੇ ਵਿੱਚ ਨਹੀਂ ਹੈਗੀ, ਦਿੱਲੀ ਦੇ ਵਿੱਚ ਵੀ ਕਾਫੀ ਜਿਹੜਾ ਆ ਉਹ ਬੰਦ ਦਾ ਅਸਰ ਮਿਲਿਆ। ਇਸ ਤੋਂ ਬਾਹਰ ਜੇ ਅਸੀਂ ਗੱਲ ਕਰੀਏ ਤਾਂ ਬਿਹਾਰ ਦੇ ਵਿੱਚ ਵੱਡਾ ਬੰਦ ਸੀ, ਆਂਧਰਾ ਪ੍ਰਦੇਸ਼ ਦੇ ਵਿੱਚ ਬੰਦ ਸੀ, ਮੱਧ ਪ੍ਰਦੇਸ਼ ਦੇ ਵਿੱਚ ਬੰਦ ਸੀ, ਮਹਾਰਾਸ਼ਟਰ 'ਚ ਬੰਦ ਸੀ, ਉੜੀਸਾ 'ਚ ਬੰਦ ਸੀ, ਕੇਰਲਾ 'ਚ ਬੰਦ ਸੀ, ਹੋਰ ਸਾਰੀਆਂ ਸਟੇਟਾਂ ਦੇ ਵਿੱਚ ਇਹਦਾ ਕਿਤੇ ਨਾ ਕਿਤੇ ਥੋੜ੍ਹਾ ਜਾਂ ਬਹੁਤਾ ਅਸਰ ਦੇਖਣ ਨੂੰ ਜ਼ਰੂਰ ਮਿਲਿਆ। ਰਲਵਾਂ ਮਿਲਵਾਂ ਤੁਸੀਂ ਕਹਿ ਸਕਦੇ ਹਾਂ, ਜਾਂ ਤੁਸੀਂ ਕਹਿ ਸਕਦੇ ਹਾਂ ਕਿ ਅੱਧ ਤੋਂ ਵੱਧ ਅਸਰ ਸੀ ਜੀ। ਅਤੇ ਇਹਦੇ ਨਾਲ ਹੀ ਜੇ ਮੈਂ ਇੱਕ ਗੱਲ ਹੋਰ ਐਡ ਔਨ ਕਰਾਂ, ਭਾਰਤੀ ਰੇਲਵੇ ਦਾ ਬਿਆਨ ਆਇਆ ਕਿ 0.05% ਅਸਰ ਮਿਲਿਆ। ਹੁਣ ਪਤਾ ਨਹੀਂ ਉਹਨਾਂ ਨੇ ਉਹ ਜਿਹੜੇ ਅੰਕੜੇ ਆ 0.05% ਕਿੱਦਾਂ ਕੱਢੇ ਆ। ਜੇ ਇਹਨੂੰ ਬਾਕੀ ਭਾਰਤ ਨੂੰ ਛੱਡ ਵੀ ਦੇਈਏ, ਜੇ ਪੰਜਾਬ ਅਤੇ ਹਰਿਆਣਾ ਹੀ ਬੰਦ ਸੀ ਜੀ, ਤਦ ਵੀ 28 ਸਟੇਟਾਂ ਨੇ, 30 ਸਟੇਟਾਂ ਨੇ 2 ਬੰਦ ਸੀ, ਤਦ ਵੀ ਉਹ ਜਿਹੜਾ ਆ 4%, 6% ਬੰਦ ਬਣਦਾ। ਉਹ 0.05 ਕਹਿ ਰਿਹਾ, ਇਟ ਮੀਨਸ ਉਹ ਜਿਹੜੀ ਆ ਆਪਣੀ ਸਰਕਾਰ ਦੀ ਜਿਹੜੀ ਬੋਲੀ ਉਹ ਬੋਲ ਰਹੇ ਆ। ਪਰ ਇਸ ਵਿਆਪਕ ਬੰਦ ਨੂੰ ਤੁਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ, ਬੇਸ਼ੱਕ ਸਰਕਾਰ ਦਾ ਧਿਆਨ ਹਾਲੇ ਇਸ ਪਾਸੇ ਨਹੀਂ ਹੈ। ਉਹਦੀ ਗੱਲ ਇਸ ਗੱਲ ਤੋਂ ਵੀ ਸਮਝ ਆਉਂਦੀ ਆ ਕਿ 22 ਜਨਵਰੀ ਨੂੰ ਆਖਰੀ ਵਾਰ ਗੱਲਬਾਤ ਹੋਈ ਆ, ਉਸ ਤੋਂ ਬਾਅਦ 26 ਜਨਵਰੀ ਦੀ ਘਟਨਾ ਹੁੰਦੀ ਆ, ਜੋ ਕੁਛ ਵੀ ਹੋਇਆ ਸੀ ਉਹਦੀ ਸਾਰੀ ਜਾਣਕਾਰੀ ਜਿਹੜੀ ਰੱਖਦੇ ਹਾਂ। ਕੁਝ ਮੌਤਾਂ ਵੀ ਹੋਈਆਂ, ਕੁਝ ਪਰਚੇ ਵੀ ਹੋਏ, ਕੁਝ ਬੰਦੇ ਅੰਦਰ ਵੀ ਹੋਏ, ਬਹੁਤ ਸਾਰੇ ਕਿਸਾਨ ਲਾਪਤਾ ਵੀ ਰਹੇ, ਫਿਰ ਕਮੇਟੀਆਂ ਬਣੀਆਂ, ਲੱਭੇ ਗਏ, ਜਮਾਨਤਾਂ ਹੋਈਆਂ, ਵਕੀਲਾਂ ਦੇ ਗਰੁੱਪ ਬਣੇ ਜੀ। ਉਸ ਤੋਂ ਬਾਅਦ ਵੀ 26 ਜਨਵਰੀ ਤੋਂ ਬਾਅਦ 26 ਫਰਵਰੀ ਆ ਗਿਆ, 26 ਮਾਰਚ ਵੀ ਆ ਗਿਆ ਜੀ ਜੀ। 22 ਤੋਂ ਵੀ ਜੇ ਗੱਲ ਕਰੀਏ ਤਾਂ 2.5 ਮਹੀਨੇ ਜਿਹੜੇ ਆ ਇਸ ਗੱਲ ਨੂੰ ਹੋਣ 'ਤੇ ਆਏ ਆ, ਸਰਕਾਰ ਵੱਲੋਂ ਜਿਹੜੀ ਗੱਲਬਾਤ ਆ ਉਹ ਬਿਲਕੁਲ ਬੰਦ ਆ। ਅਤੇ ਇਸ ਗੱਲ ਨੂੰ ਜਦੋਂ ਅਸੀਂ ਲੈ ਕੇ ਦੇਖੀਏ ਤਾਂ ਉਹ ਪੰਜਾਬ ਜਿਹੜਾ ਵੱਡਾ ਹਿੱਸਾ ਹਿੰਦੁਸਤਾਨ ਦਾ, ਜੇ ਮੈਂ ਕਹਿ ਲਵਾਂ, ਬੰਦ ਰਿਹਾ, ਜਾਂ ਫਿਰ ਇੱਦਾਂ ਕਹਿ ਸਕਦੇ ਹਾਂ ਕਿ ਹਰ ਭਾਰਤੀ ਤੱਕ ਇਹ ਗੱਲ ਪਹੁੰਚੀ ਜ਼ਰੂਰ ਸੀ ਕੱਲ੍ਹ ਕਿ ਅੱਜ ਕੋਈ ਬੰਦ ਦੀ ਕੌਲ ਜਿਹੜੀ ਆ ਉਹ ਦਿੱਤੀ ਗਈ ਆ ਕਿਸਾਨ ਅੰਦੋਲਨ ਵੱਲੋਂ, ਕਿਸਾਨ ਲੀਡਰਾਂ ਵੱਲੋਂ, ਕਿਸਾਨ ਆਗੂਆਂ ਵੱਲੋਂ, ਜਿਹੜੀ ਪੰਜਾਬ ਤੋਂ ਸ਼ੁਰੂਆਤ ਹੋ ਕੇ। ਮੈਂ ਪਹਿਲਾਂ ਵੀ ਇੱਕ ਵਾਰੀ ਆਪਣੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਕਿ ਸਰਕਾਰ ਇਹਨੂੰ ਜੋ ਮਰਜ਼ੀ ਸਮਝੇ, ਪਰ ਇਹ ਜਿਹੜੀ ਅੱਗ ਆ ਇਹ ਹੌਲੀ 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 ਸਾਰੇ ਭਾਰਤ ਦੇ ਵਿੱਚ ਫੈਲ ਰਹੀ ਹੈ ਜੀ। ਸ਼ਰਮਾ ਜੀ, ਇਹ ਬੰਦ ਸ਼ਾਂਤੀਪੂਰਵਕ ਹੀ ਰਿਹਾ ਜਾਂ ਕਿਤੇ ਹਿੰਸਾ ਦੀ ਵੀ ਕੋਈ ਖਬਰ ਆ? ਜਿੱਦਾਂ ਰੇਲਵੇ ਨੇ ਕਿਹਾ ਕਿ ਇਸ ਬੰਦ ਦਾ ਅਸਰ 0.05 ਸੀਗਾ, ਤਾਂ ਮੈਂ ਇੱਦਾਂ ਹੀ ਕਹਿ ਸਕਦਾ ਕਿ ਇਸ ਬੰਦ ਦੇ ਦੌਰਾਨ ਜਿਹੜੀ ਹਿੰਸਾ ਜਾਂ ਕੋਈ ਵੀ ਮੰਦਭਾਗੀ ਘਟਨਾ ਉਹ 0.001% ਹੀ ਸੀ। ਇੱਕ ਸ਼ਾਇਦ ਸੋਨੀਪਤ ਦੀ ਕੋਈ ਛੋਟੀ ਜਿਹੀ ਘਟਨਾ ਆ, ਅਦਰਵਾਈਜ਼ ਸਾਰਾ ਹੀ ਜਿਹੜਾ ਇਹ ਬੰਦ ਆ ਉਹ ਸ਼ਾਂਤੀਪੂਰਵਕ ਰਿਹਾ। ਅਤੇ ਇਹਨੂੰ ਲੋਕਾਂ ਦਾ ਸਮਰਥਨ ਜਾਂ ਕਹਿ ਸਕੀਏ ਲੋਕ ਭਰੋਸਾ, ਲੋਕ ਸਮਰਥਨ ਹਾਸਲ ਸੀ, ਕਿਉਂਕਿ ਕਿਸਾਨ ਅੰਦੋਲਨ ਵਾਲੇ ਬੰਦਿਆਂ ਨੇ, ਇਹ ਜਿਹੜੇ ਲੀਡਰ ਸੀ ਉਹਨਾਂ ਨੇ ਇਹ ਗੱਲ ਪਹਿਲਾਂ ਹੀ ਆਪਣੇ ਸਟੇਜ ਤੋਂ ਵਾਰ ਵਾਰ ਕਹਿਤੀ ਸੀ ਕਿ ਅਸੀਂ ਕਿਸੇ ਨੂੰ ਵੀ ਤੰਗ ਪਰੇਸ਼ਾਨ ਨਹੀਂ ਕਰਨਾ, ਜੇ ਕਿਸੇ ਨੂੰ ਬਹੁਤ ਜ਼ਰੂਰੀ ਹੋਵੇ ਉਹੀ ਆਪਣੇ ਘਰੋਂ ਨਿਕਲੇ, ਜੇ ਕੋਈ ਬੰਦਾ ਮਰੀਜ਼ ਆ, ਕੋਈ ਐਂਬੂਲੈਂਸ ਦੇ ਵਿੱਚ ਆ ਜਾਂ ਕੋਈ ਵਿਆਹ ਵਾਲਾ ਆ, ਤਾਂ ਉਹਨੂੰ ਜਿਹੜਾ ਆ ਅਸੀਂ ਰੋਕਾਂਗੇ ਨਹੀਂ, ਉਹਨੂੰ ਜਾਣ ਦਿੱਤਾ ਜਾਵੇਗਾ। ਅਤੇ ਹੋਇਆ ਵੀ ਇੰਝ ਜੀ, ਅਤੇ ਕਿਤੇ ਨਾ ਕਿਤੇ ਥੋੜ੍ਹੀ ਬਹੁਤ ਗੱਲ ਹੋ ਜਾਂਦੀ ਆ। ਵਜ੍ਹਾ ਇਹ ਆ ਕਿ ਤੁਸੀਂ ਇੱਕ ਸੜਕ ਨੂੰ ਬੰਦ ਕੀਤਾ ਹੋਇਆ, ਬਹੁਤ ਸਾਰਾ ਰਸ਼ ਉੱਥੇ, ਬਹੁਤ ਸਾਰੀ ਜਿਹੜੀ ਭੀੜ ਆ ਉਹ ਇਕੱਠੀ ਹੋ ਜਾਂਦੀ ਆ, ਅਤੇ ਜੇ ਕੋਈ ਇੱਕ ਅੱਧਾ ਬੰਦਾ ਕਹਿੰਦਾ ਵੀ ਆ ਕਿ ਮੈਂ ਲੰਘਣਾ ਆ, ਤਾਂ ਹੋ ਸਕਦਾ ਉਹਦੀ ਗੱਲ ਜਿਹੜੀ ਆ ਅੱਗੇ ਤੱਕ ਨਾ ਪਹੁੰਚ ਸਕਦੀ ਹੋਵੇ, ਅਸੀਂ ਉਸ ਗੱਲ ਦੀ ਕੋਈ ਗਰੰਟੀ ਨਹੀਂ ਲੈ ਸਕਦੇ। ਪਰ ਆਮ ਤੌਰ 'ਤੇ ਜਿਹੜਾ ਬੰਦ ਸੀ ਉਹ ਬਹੁਤ ਵਧੀਆ ਤਰੀਕੇ ਨਾਲ ਸ਼ਾਂਤੀਪੂਰਵਕ ਰਿਹਾ ਜੀ। ਸ਼ਰਮਾ ਜੀ, ਅਸੀਂ ਪਿਛਲੇ ਕਈ ਪ੍ਰੋਗਰਾਮਾਂ ਤੋਂ FCI ਦੀਆਂ ਗੱਲਾਂ ਕਰ ਰਹੇ ਹਾਂ, ਅਤੇ ਹੁਣ ਚੌਲਾਂ ਦੀ ਚੁਕਾਈ ਨੂੰ ਲੈ ਕੇ ਕੀ ਮਸਲਾ ਹੋਇਆ? ਇਹਨੂੰ ਇੱਦਾਂ ਹੀ ਕਹਿ ਸਕਦੇ ਹਾਂ ਕਿ ਸਰਕਾਰ ਜਿਹੜੀ ਆ ਉਹ ਹਾਲਾਂਕਿ ਕਿਸਾਨਾਂ ਦੇ ਨਾਲ ਗੱਲਬਾਤ ਤੋਂ ਤਾਂ ਮੁਨਕਰ ਆ ਜੀ, ਆਪਣੇ ਗੱਲਾਂ 'ਚ ਤਾਂ ਉਹ ਕਹਿ ਸਕਦੇ ਆ ਕਿ ਸਾਡੇ ਨਾਲ ਜਦੋਂ ਮਰਜ਼ੀ ਗੱਲ ਕਰ ਲਓ, ਅਸੀਂ ਗੱਲ ਕਰਨ ਨੂੰ ਤਿਆਰ ਹਾਂ, ਪਰ ਉਹਦੇ ਨਾਲ ਦੀ ਨਾਲ ਜਿਹੜੇ ਉਸ ਚੋਟ ਮਰਨ ਦਾ ਜਿਹੜਾ ਉਹਨਾਂ ਦਾ ਤਰੀਕਾ ਆ, ਜਿਹੜੀ ਉਹਨਾਂ ਦੀ ਕਾਰਜਕਾਰੀ ਆ, ਉਹ ਬਾਦਸਤੂਰ ਜਾਰੀ ਆ ਜੀ। 3 ਕਾਨੂੰਨ ਪਾਸ ਕਰਨ ਤੋਂ ਬਾਅਦ FCI ਨੇ ਖਰੀਦ ਕਰਨ ਤੋਂ ਨਾ ਕੀਤੀ, ਅਤੇ ਇਸ ਦੇ ਨਾਲ ਹੀ ਜਿਹੜੀ ਚੌਲਾਂ ਦੀ ਚੁਕਾਈ ਆ ਉਹਦੇ 'ਚ ਵੀ ਕੁਝ ਪ੍ਰੋਬਲਮ ਆਈ ਸੀ। ਇਹ 2000 ਤੋਂ ਵੀ ਪਹਿਲਾਂ, ਜੇ ਆਪਾਂ 2019 ਦੀ ਗੱਲ ਕਰੀਏ, 20 ਤੋਂ ਵੀ ਪਹਿਲਾਂ 19 ਦੀ ਗੱਲ ਕਰੀਏ, ਤਾਂ ਪ੍ਰਧਾਨ ਮੰਤਰੀ ਨੇ ਆਪਣੇ ਇੱਕ ਭਾਸ਼ਣ 'ਚ ਕਿਹਾ ਸੀਗਾ ਕਿ ਅਸੀਂ ਚੌਲਾਂ ਦੀ ਜਿਹੜੀ ਆ ਉਹਨਾਂ ਨੂੰ ਕੀ ਕਹਿੰਦੇ ਹਾਂ ਤੁਸੀਂ ਉਹਨੂੰ, ਕਿ ਚੰਗਾ ਭੋਜਨ ਜਿਹੜਾ ਸੰਤੁਲਿਤ ਭੋਜਨ ਬਣਾਉਣ ਲਈ ਉਹਦੇ 'ਚ ਫੋਰਟੀਫਿਕੇਸ਼ਨ ਦੀ ਇੱਕ ਜਿਹੜੀ ਆ ਫੋਰਟੀਫਾਈਡ ਚੌਲ ਜਿਹੜੇ ਆ ਉਹਦੀ ਇੱਕ ਜਿਹੜੀ ਵਿਧੀ ਲਾਗੂ ਕਰਾਂਗੇ, ਉਹਦੇ ਨਾਲ ਜਿਹੜੇ ਚੌਲ ਆ ਉਹਦੇ ਵਿੱਚ ਕੁਛ ਚੀਜ਼ਾਂ ਕਿਸੇ ਮਸ਼ੀਨੀ ਪੱਧਤੀ ਨਾਲ, ਕਿਸੇ ਸਿਸਟਮ ਦੇ ਨਾਲ ਐਡ ਕੀਤੀਆਂ ਜਾਣਗੀਆਂ, ਅਤੇ ਚੌਲਾਂ ਦੇ ਵਿੱਚ ਜਿਹੜੀ ਚੀਜ਼ਾਂ ਆ ਹੋਰ ਵੀ ਐਡ ਹੋ ਜਾਣਗੀਆਂ, ਅਤੇ ਉਹ ਇੱਕ ਸੰਤੁਲਿਤ ਭੋਜਨ ਬਣੂਗਾ ਜੀ। ਉਹਨੂੰ ਵੀ ਜਦੋਂ ਅਸੀਂ ਥੋੜ੍ਹਾ ਜਿਹਾ ਗਹਿਰਾਈ 'ਚ ਜਾ ਕੇ ਦੇਖਦੇ ਹਾਂ, ਤਾਂ ਉਹ ਵੀ ਸਵਲੀਨ ਜੀ, ਉਹ ਜਿਹੜੇ ਚੌਲਾਂ ਨੂੰ ਫੋਰਟੀਫਾਈਡ ਕਰਨ ਦੀ ਜਿਹੜੀ ਵਿਧੀ ਆ, ਉਹ ਹਰ ਸ਼ੈਲਰ ਜਿਹੜਾ ਆ ਸਾਡੇ ਪੰਜਾਬ ਦੇ ਵਿੱਚ ਲਾਏ ਹੋਏ ਨੇ, ਉਹ ਨਹੀਂ ਐਡ ਕਰ ਪਾਉਣਗੇ, ਉਹ ਇੱਕ ਮਹਿੰਗੀ ਵਿਧੀ ਆ, ਅਤੇ ਉਹ ਵੀ ਕਿਤੇ ਨਾ ਕਿਤੇ ਇਸ ਗੱਲ ਦਾ ਇਸ਼ਾਰਾ ਆ ਕਿ ਉਹ ਜਿਹੜੀ ਫੋਰਟੀਫਾਈਡ ਕਰਨ ਦੀ ਵਿਧੀ ਆ, ਉਹ ਫਿਰ ਜਿਹੜੇ ਵੱਡੇ ਉਦਯੋਗਿਕ ਘਰਾਣੇ ਨੇ ਉਹੀ ਆਪਣੇ ਸ਼ੈਲਰਾਂ 'ਚ ਲਾਉਣਗੇ ਜੀ। ਅਤੇ ਹੁਣ ਬੀਤੇ ਦਿਨੀ
ਪੰਜਾਬ ਦੇ ਜਿਹੜੇ ਖੇਤੀ ਮੰਤਰੀ ਖੁਰਾਕ ਸਪਲਾਈ ਮੰਤਰੀ ਭਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਕੇਂਦਰ ਨਾਲ ਸਾਡਾ ਜਿਹੜਾ ਰੇੜਕਾ ਆ ਉਹ 62 ਲੱਖ ਟਨ ਚੌਲਾਂ ਨੂੰ ਚੱਕਣ ਦਾ ਸੀਗਾ ਅਤੇ ਉਹਨਾਂ ਨੇ ਰੇੜਕਾ ਸਿਰਫ 7 ਲੱਖ ਟਨ ਦਾ ਸੀਗਾ ਅਤੇ ਉਹਨਾਂ ਨੇ ਰੁਕਾਵਟ ਜਿਹੜੀ ਉਹ 62 ਲੱਖ ਟਨ ਦੇ ਉੱਤੇ ਲਾ ਦਿੱਤੀ ਆ ਅਤੇ ਹੁਣ ਸ਼ਾਇਦ ਸਹਿਮਤੀ ਬਣੀ ਆ ਪਰ ਹਾਲੇ ਤੱਕ ਜਿਹੜਾ ਆ ਪੂਰੇ ਤਰੀਕੇ ਨਾਲ ਮਸਲਾ ਹੱਲ ਨਹੀਂ ਹੋਇਆ ਤੋ ਜੇ ਅਸੀਂ ਉਸ ਗੱਲ ਨੂੰ ਵੀ ਉਹਦੇ ਨਾਲ ਜੋੜ ਕੇ ਹੀ ਦੇਖੀਏ ਤਾਂ ਕਿਸਾਨ ਤਾਂ ਇੱਕ ਪਾਸੇ ਤਾਂ ਆਪਣੇ 2-2.5 ਮਹੀਨਿਆਂ ਤੋਂ ਗੱਲਬਾਤ ਲਈ ਵੀ ਉਹ ਬਿਲਕੁਲ ਬੇਅਸਰ ਆ ਕਹਿ ਚੁੱਕੇ ਆ ਮੰਤਰੀ ਸਾਹਿਬ ਤੋਮਰ ਜੀ ਅਤੇ ਪ੍ਰਧਾਨ ਮੰਤਰੀ ਵੀ ਕਿ ਆਮੇ ਕੌਲ ਆਵੇ ਅਤੇ ਤੋਮਰ ਜੀ ਨੇ ਕਿਹਾ ਕਿ ਕਿਸਾਨ ਆਪਣੀ ਇਸ ਜਿੱਦ ਨੂੰ ਛੱਡ ਕੇ ਕੋਈ ਹੋਰ ਪ੍ਰਸਤਾਵ ਲੈ ਆਉਣ ਅਤੇ ਨਾਲ ਦੀ ਨਾਲ ਉਹ ਇਹ ਜਿਹੜੀ ਹੋਰ ਜਿਹੜੇ ਤਰੀਕੇ ਹੈ ਨੇ ਕਿਸਾਨਾਂ ਨੂੰ ਤੰਗ ਕਰਨ ਦੇ ਚਾਹੇ ਉਹ ਸਿੱਧੀ ਖਰੀਦ ਦੀ ਗੱਲ ਸੀਗੀ ਸਿੱਧੀ ਕਾਰਵਾਈ ਕਰਨੀ ਚਾਹੁੰਦੇ ਆ ਕਿ ਲੋਕਾਂ ਨੂੰ ਜਿਹੜੀ ਕਣਕ ਆ ਉਹ ਖਰੀਦਣਗੇ ਅਤੇ ਸਿੱਧੇ ਪੈਸੇ ਉਹਨਾਂ ਦੇ ਖਾਤਿਆਂ 'ਚ ਹੋਣਗੇ ਡਾਇਰੈਕਟ ਬੈਨੀਫਿਟ ਜਿਹੜਾ ਆ ਜਮ੍ਹਾਂ ਕਰਾਇਆ ਜਾਊਗਾ ਅਤੇ ਉਹਦੇ ਨਾਲ ਹੀ ਹੁਣ ਜਿਹੜੀ ਚੌਲਾਂ ਦੀ ਚੁਕਾਈ ਆ ਚੌਲਾਂ ਦੇ ਨਾਲ ਹਾਲਾਂਕਿ ਹੁਣ ਦੇ ਸਮੇਂ 'ਚ ਕਿਸਾਨਾਂ ਲਈ ਸਿੱਧਾ ਅਸਰ ਨਹੀਂ ਪਊਗਾ ਪਰ ਉਹਦੇ ਨਾਲ ਸ਼ੈਲਰ ਜਿਹੜੇ ਮਾਲਕ ਨੇ ਉਹ ਪਰੇਸ਼ਾਨ ਹੋਣਗੇ ਜੀ ਪਹਿਲਾਂ ਕਿਸਾਨਾਂ ਦੀ ਗੱਲ ਸੀ ਫਿਰ ਆੜ੍ਹਤੀਆਂ ਦੀ ਗੱਲ ਸੀ ਹੁਣ ਸ਼ੈਲਰ ਮਾਲਕਾਂ ਦੀ ਗੱਲ ਆ ਸੋ ਕੁੱਲ ਦਾ ਮਿਲਾ ਕੇ ਜਿਹੜਾ ਸਾਰੇ ਦਾ ਸਾਰਾ ਧਿਆਨ ਆ ਉਹ ਜਿਹੜਾ ਕਿਸਾਨ ਅੰਦੋਲਨ ਖੇਤੀ ਦੀ ਜਿਹੜੀ ਵਿਧੀ ਆ ਉਹਨੂੰ ਖਰਾਬ ਕਰਨਾ ਉਸ ਸਿਸਟਮ ਨੂੰ ਡਿਸਟਰੋਏ ਕਰਨਾ ਅਤੇ ਉਹਨੂੰ ਹੌਲੀ 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 ਕਾਰਪੋਰੇਟ ਵੱਲ ਨੂੰ ਲੈ ਕੇ ਜਾਣਾ ਹੀ ਜਿਹੜਾ ਇਸ ਸਰਕਾਰ ਦਾ ਮਨੋਰਥ ਬਣ ਗਿਆ ਲੱਗਦਾ ਅਤੇ ਦੂਜੇ ਪਾਸੇ ਗੱਲ ਇਹ ਵੀ ਆ ਕਿ ਇਹ ਇੱਕ CAA ਦੀ ਗੱਲ ਹੋਵੇ ਜਾਂ 370 ਦੀ ਗੱਲ ਹੋਵੇ ਅਤੇ ਆਸਾਮ ਵਾਲਿਆਂ ਨੇ ਇਸ ਗੱਲ ਨੂੰ ਥੋੜ੍ਹਾ ਜਿਹਾ ਚੁੱਪ ਵੱਟ ਲਈ ਜਾਂ ਉਹ ਵਿਰੋਧ ਦੀ ਸਥਿਤੀ 'ਚ ਨਹੀਂ ਸੀ ਜਾਂ ਉਹਨਾਂ ਨੂੰ ਸਮਝਾ ਬੁਝਾ ਗਿਆ ਲਿਆ ਗਿਆ ਪਰ ਪੰਜਾਬ ਦੇ ਵਿੱਚੋਂ ਜਿਹੜਾ ਅੰਦੋਲਨ ਉੱਠਿਆ ਜਿੱਦਾਂ ਅਸੀਂ ਹੁਣੇ ਗੱਲ ਕੀਤੀ ਆ ਜੇ ਸਾਰੇ ਭਾਰਤ ਦੇ ਵਿੱਚ 20% 30% ਵੀ ਬੰਦ ਹੋਵੇ ਅਤੇ ਇੱਕ ਵੱਡੀ ਜਮਾਤ ਬਣ ਕੇ ਸਾਹਮਣੇ ਆਉਂਦਾ ਹੈ ਵਿਰੋਧ ਅਤੇ ਇਹਨੂੰ ਤੁਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ ਚਾਹੇ ਤੁਸੀਂ ਹੋਰ ਕੋਈ 2-4 ਤਰੀਕੇ ਵੀ ਅਪਣਾ ਲਓ ਜੀ ਬਿਲਕੁਲ ਸਹੀ ਕਿਹਾ ਤੁਸੀਂ ਕਿ ਖੇਤੀਬਾੜੀ ਨੂੰ ਠਿੱਬੀ ਲਾਉਣ ਲਈ ਸਰਕਾਰ ਪੱਬਾਂ ਭਾਰ ਹੋਈ ਪਈ ਆ ਮੁੱਦੇ ਹਾਲੇ ਹੋਰ ਵੀ ਬਹੁਤ ਨੇ ਪਰ ਹੁਣ ਵਿਹਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ ਜਲਦ ਹਾਜ਼ਰ ਹੁੰਦੇ ਹਾਂ ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਸ਼ਰਮਾ ਜੀ ਜੇ ਗੱਲ ਪੰਜਾਬ ਦੀ ਸਿਆਸਤ ਦੀ ਕਰੀਏ ਤਾਂ ਕਾਂਗਰਸ ਦੀ ਕੈਬਨਿਟ 'ਚ ਸਿੱਧੂ ਦੀ ਵਾਪਸੀ ਨੂੰ ਲੈ ਕੇ ਬੜੇ ਚਰਚੇ ਨੇ ਕੀ ਕਹਿਣਾ ਚਾਹੋਗੇ ਸਿੱਧੂ ਦੇ ਚਰਚੇ ਬਹੁਤ ਆ ਪਰ ਉਸ ਉਹਨਾਂ ਚਰਚਿਆਂ ਦੇ ਵਿੱਚ ਕੋਈ ਅਸਰ ਨਜ਼ਰ ਨਹੀਂ ਆਉਂਦਾ ਗੱਲਾਂ ਹੀ ਹੋ ਰਹੀਆਂ ਨੇ ਮੈਨੂੰ ਇੱਦਾਂ ਲੱਗਦਾ ਕਿ ਸਿੱਧੂ ਸਾਹਿਬ ਵੀ ਆਪਣੀ ਜ਼ਿੰਮੇਵਾਰੀ ਤੋਂ ਭੱਜੂ ਹੀ ਨੇ ਟਾਈਮ ਹੁਣ ਨਿਕਲ ਚੁੱਕਿਆ ਮਾਰਚ ਵੀ ਲਗਭਗ ਮੁੱਕ ਚੁੱਲਿਆ ਅਤੇ ਮਹੀਨੇ ਕੁਛ ਗਿਣਤੀ ਦੇ ਰਹਿੰਦੇ ਆ ਜੇ ਅਸੀਂ ਚੋਣਾਂ ਦੀ ਗੱਲ ਕਰੀਏ ਤਾਂ ਹੁਣ ਇਹ ਚੋਣਾਂ ਦਾ ਜਿਹੜਾ ਬਿਗਲ ਆ ਉਹ ਸਾਰੀਆਂ ਪਾਰਟੀਆਂ ਬਜਾ ਚੁੱਕੀਆਂ ਬਿਲਕੁਲ ਕੈਪਟਨ ਸਾਹਿਬ ਨੇ ਜਿਹੜਾ ਵਿਧਾਨ ਸਭਾ ਦੇ ਵਿੱਚ ਬਜਟ ਸੈਸ਼ਨ ਪੇਸ਼ ਕੀਤਾ ਉਹਦੇ ਵਿੱਚ ਹੀ ਬਹੁਤ ਸਾਰੀਆਂ ਗੱਲਾਂ ਚੁਣਾਵੀ ਵਾਅਦਿਆਂ ਵਰਗੀਆਂ ਕੀਤੀਆਂ ਅਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਆ 3ਜੇ ਨੰਬਰ ਦੀ ਪਿਛਲੇ ਸਾਲ ਦੀ ਪਾਰਟੀ ਸੀ ਉਹਨਾਂ ਨੇ ਵੀ 2 ਰੈਲੀਆਂ ਕੀਤੀਆਂ ਅਤੇ ਜਿਹੜੇ ਡਿਪਟੀ ਮੁੱਖ ਮੰਤਰੀ ਸੀ ਅਤੇ ਗਾਹਾਂ ਮੁੱਖ ਮੰਤਰੀ ਬਣਨ ਦੀ ਤਿਆਰੀ ਕਰੀ ਬੈਠੇ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਪਿਤਾ ਪੰਜਾਬ 'ਚ 5 ਵਾਰ ਮੁੱਖ ਮੰਤਰੀ ਰਹੇ ਆ ਅਤੇ ਇਸ ਵਾਰ ਉਹ ਬੁਰੀ ਤਰ੍ਹਾਂ ਸੱਤਾ 'ਚੋਂ ਬਾਹਰ ਸੀ ਅਤੇ ਹੁਣ ਉਹ ਬਹੁਤ ਕਮਰ ਕੱਸੇ ਉਹਨਾਂ ਨੇ ਕੀਤੇ ਹੋਏ ਨੇ ਅਤੇ ਉਹਨਾਂ ਨੇ ਆਪਣੀ ਜਿਹੜੀ ਆ ਪਹਿਲੀ ਰੈਲੀ ਤੋਂ ਹੀ ਪਹਿਲਾਂ ਸਭ ਤੋਂ ਪਹਿਲਾਂ ਆਪਣੀ ਟਿਕਟ ਦਾ ਐਲਾਨ ਕੀਤਾ ਜੀ ਜੀ ਅਤੇ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਦੂਜਾ ਐਲਾਨ ਕੀਤਾ ਤਾਂ ਉਹਨਾਂ ਦੇ ਆਪਣੇ ਘਰ ਦੇ ਵਿੱਚ ਹੀ ਫਟਕ ਪੈ ਗਿਆ ਜੀ ਜੀ ਫਿਰ ਉਹਨਾਂ ਨੂੰ ਕੁਆਰੰਟਾਈਨ ਹੋਣਾ ਪਿਆ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਅਤੇ ਉਸ ਦੇ ਨਾਲ ਨਾਲ ਹੀ ਜਿਹੜੀ ਬਾਘਾ ਪੁਰਾਣਾ ਬੀਤੇ ਦਿਨ ਰੈਲੀ ਕੀਤੀ ਆਮ ਆਦਮੀ ਪਾਰਟੀ ਨੇ ਅਤੇ ਉੱਥੇ ਜਿਹੜਾ ਉਹਨਾਂ ਦਾ ਰਸ਼ ਸੀਗਾ ਜਿਹੜਾ ਇਕੱਠ ਸੀਗਾ ਉਹਦੇ ਨਾਲ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਆ ਅਤੇ ਇਸ ਪਾਰਟੀ ਦੇ ਇੰਚਾਰਜ ਨੇ ਆਮ ਆਦਮੀ ਪਾਰਟੀ ਉਹਨਾਂ ਨੂੰ ਬਹੁਤ ਉਸ ਇਕੱਠ ਤੋਂ ਬਹੁਤ ਖੁਸ਼ੀ ਹੋਈ ਆ ਅਤੇ ਉਹ ਬਾਗੋ ਬਾਗ ਆ ਅਤੇ ਉਹ ਵੀ ਹੁਣ ਇਸ ਧਿਰ ਦੇ ਵਿੱਚ ਇਸ ਇਲੈਕਸ਼ਨ ਦੇ ਵਿੱਚ ਕੁੱਦ ਚੁੱਕੇ ਆ ਪੂਰੀ ਤਰੀਕੇ ਜੀ ਭਗਵੰਤ ਮਾਨ ਲਗਭਗ ਪੂਰਾ ਟਾਈਮ ਹੀ ਐਕਟੀਵੇਟ ਰਹੇ ਆ ਐਕਟਿਵ ਰਹੇ ਆ ਉਹਨਾਂ ਨੇ ਆਪਣੀ ਪਾਰਟੀ ਨੂੰ ਜਿੰਨਾ ਕੁ ਰੱਖ ਸਕਦੇ ਸੀ ਐਕਟੀਵੇਟ ਰੱਖਿਆ ਜੀ ਜਿਉਂਦੇ ਰੱਖੇ ਆ ਮੁੱਦੇ ਉਹਨਾਂ ਨੇ ਗੱਲਾਂ ਵੀ ਕਰਦੇ ਰਹੇ ਆ ਅਤੇ ਉਹਨਾਂ ਦਾ ਸਭ ਤੋਂ ਵੱਡਾ ਜਿਹੜਾ ਕੰਮ ਰਿਹਾ ਇੱਕ ਤਾਂ ਉਹਨਾਂ ਨੇ ਆਪਣਾ ਜਿੰਨੇ ਕੁ ਉਹਨਾਂ ਨੂੰ ਪੈਸੇ ਪਾਰਲੀਮੈਂਟ 'ਚੋਂ ਮਿਲਦੇ ਸੀ ਉਹ ਆਪਣੇ ਹਲਕੇ 'ਚ ਲਾਉਂਦੇ ਰਹੇ ਸਿਰਫ ਇਸ ਵਜ੍ਹਾ ਨਾਲ ਹੀ ਉਹ ਦੂਜੀ ਵਾਰ ਉਸ ਹਲਕੇ 'ਚੋਂ ਕਾਮਯਾਬ ਹੋਏ ਸੀ ਜੀ ਅਤੇ ਉੱਥੇ ਆਪਣੇ ਮੁੱਦੇ ਰੱਖਣ ਦਾ ਜਿਹੜਾ ਉਹਨਾਂ ਦਾ ਅੰਦਾਜ਼ੇ ਬਿਆਨ ਆ ਉੱਥੇ ਉਹ ਉਸ ਦੇ ਨਾਲ ਵੀ ਉਹ ਚਰਚਾ 'ਚ ਬਣੇ ਰਹਿੰਦੇ ਆ ਜੀ ਸੋ ਜਦੋਂ ਅਸੀਂ ਇਹਨਾਂ ਸਾਰੀਆਂ ਧਿਰਾਂ ਦੀ ਗਤੀਵਿਧੀ ਦੇਖਦੇ ਹਾਂ ਜੇ ਆਪਾਂ BSP ਨੂੰ ਛੱਡ ਦਈਏ ਉਹ ਹਾਲੇ ਤੱਕ ਬਹੁਤ ਤਰੀਕੇ ਦੇ ਨਾਲ ਐਕਟੀਵੇਟ ਨਹੀਂ ਹੋਏ ਉਹਨਾਂ ਨੇ ਹਾਲੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਨਹੀਂ ਕੀਤੀ ਪਰ ਕਾਂਗਰਸ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਬਿਲਕੁਲ ਚੋਣਾਂ ਦੇ ਵਿੱਚ ਤਿਆਰ ਨਜ਼ਰ ਆ ਰਿਹਾ BJP ਇਸ ਅੰਦੋਲਨ ਤੋਂ ਪਹਿਲਾਂ ਕਿਸਾਨ ਅੰਦੋਲਨ ਤੋਂ ਪਹਿਲਾਂ ਤੱਕ ਬਹੁਤ ਤਿਆਰ ਸੀ ਪਰ ਹੁਣ ਉਹ ਹਾਸ਼ੀਏ ਤੋਂ ਵੀ ਬਾਹਰ ਆ ਜੀ ਬਿਲਕੁਲ ਇੱਦਾਂ ਇੱਕ ਵਾਰ ਉਹਨਾਂ ਦੇ ਪੰਜਾਬ ਪ੍ਰਧਾਨ ਕਹਿੰਦੇ ਸੀਗੇ ਕਿ ਸਾਡੇ ਕੋਲ 117 ਦੇ 117 ਬੰਦੇ ਤਿਆਰ ਨੇ ਅਤੇ ਹੁਣ ਅਸੀਂ ਸਾਡੇ ਕੋਲ ਆਵੇ ਜਿਹੜਾ ਮਰਜ਼ੀ ਪਰ ਅਸੀਂ ਟਿਕਟਾਂ ਜਿਹੜੀ ਹੈ ਉਹਨਾਂ ਦੀ ਫਾਈਨਲਾਈਜੇਸ਼ਨ ਕਰ ਲਈ ਹੈ ਅਤੇ ਅੱਜ ਦੇ ਜੇ ਸਮੇਂ ਦੀ ਗੱਲ ਕਰੀਏ ਕਿਉਂਕਿ ਰਾਜਨੀਤੀ ਦੇ ਵਿੱਚ ਸਮਾਂ ਜਿਹੜਾ ਆ ਪਰਿਸਥਿਤੀਆਂ ਜਿਹੜੀਆਂ ਉਹ ਬਹੁਤ ਮਹੱਤਵਪੂਰਨ ਨੇ ਜੀ ਜੀ ਜੇ ਅੱਜ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਨਹੀਂ ਕਿ ਉਹਨਾਂ ਦਾ ਉਹ ਬਿਆਨ ਜਿਹੜਾ ਉਹ ਰੈਲੇਵੈਂਟ ਰਹੂਗਾ ਅਤੇ ਉਹ ਸੱਚ ਵੀ ਹੋਵੇਗਾ ਜੀ ਤੋ
ਇਸ ਸਮੇਂ ਦੇ ਵਿੱਚ ਜਦੋਂ ਅਪ੍ਰੈਲ ਆਉਣ ਵਾਲਾ ਆ, ਗਰਮੀਆਂ ਦਾ ਜਿਹੜਾ ਸਮਾਂ ਆ ਉਹ ਸ਼ੁਰੂ ਹੋ ਗਿਆ, ਅਤੇ ਜਦੋਂ ਹੁਣ ਅਸੀਂ ਸਿੱਧੂ ਦੀ ਕੈਬਨਿਟ 'ਚ ਵਾਪਸੀ ਦੀ ਗੱਲ ਕਰਦੇ ਹਾਂ, ਤਾਂ ਇੰਨੇ ਤਾਂ ਸਮਝਦਾਰ ਉਹ ਵੀ ਹੋਣਗੇ ਕਿ ਉਹ ਹੁਣ ਜੇ ਕੈਬਨਿਟ ਦੇ ਵਿੱਚ ਆਉਂਦੇ ਵੀ ਆ ਤਾਂ ਉਹ ਕਰਨਗੇ ਕੀ। ਬਿਲਕੁਲ, ਅਸੀਂ ਬੀਤੇ ਦੇ ਵਿੱਚ ਇੱਥੇ ਬਹੁਤ ਵਾਰ ਚਰਚਾ ਕੀਤੀ ਆ, ਚਾਹੀਦਾ ਤਾਂ ਇਹ ਸੀਗਾ ਕਿ ਤੁਸੀਂ ਇੱਕ MLA ਹੋ, ਉਸ ਤੋਂ ਬਾਅਦ ਤੁਸੀਂ ਮੰਤਰੀ ਬਣਾਏ ਗਏ ਹੋ, ਤੁਸੀਂ ਕਿਸੇ ਦੂਜੀ ਪਾਰਟੀ ਤੋਂ ਆਏ ਸੀ, ਜੇ ਤੁਹਾਡੇ ਕੋਲ ਕੋਈ ਪੰਜਾਬ ਨੂੰ ਸੁਧਾਰਨ ਦਾ ਥੋਕ ਪਲਾਨ ਸੀ, ਤੁਸੀਂ ਕੋਈ ਥੋਕ ਵਜਾ ਕੇ ਕੋਈ ਰਣਨੀਤੀ ਤਿਆਰ ਕੀਤੀ ਸੀ, ਤਾਂ ਤੁਸੀਂ ਉਹਨੂੰ ਆਪਣੇ ਕੋਲ ਰੱਖੋ, ਤੁਸੀਂ ਮੁੱਖ ਮੰਤਰੀ ਨੂੰ ਦੱਸੀ ਆ, ਜੇ ਨਹੀਂ ਵੀ ਕਬੂਲ ਹੋਈ ਤਾਂ ਕੋਈ ਵੱਡੀ ਗੱਲ ਨਹੀਂ। ਬਹੁਤ ਸਾਰੇ ਲੋਕ ਕਹਿਣਗੇ ਕਿ ਸਿੱਧੂ ਬਹੁਤ ਇਮਾਨਦਾਰ ਬੰਦਾ ਆ, ਬਹੁਤ ਚੰਗਾ ਬੰਦਾ ਆ, ਉਹਦੀ ਗੱਲ ਸੁਣੀ ਜਾਣੀ ਚਾਹੀਦੀ ਸੀ। ਬਿਲਕੁਲ ਠੀਕ ਗੱਲ ਆ ਕਿ ਉਹਦੀ ਗੱਲ ਸੁਣੀ ਜਾਣੀ ਚਾਹੀਦੀ ਸੀ, ਪਰ ਪੰਜਾਬ ਕਾਂਗਰਸ ਨਾਲੋਂ ਵੱਡਾ ਬੰਦਾ ਨਹੀਂ ਹੈਗਾ, ਨਾ ਹੀ ਪੰਜਾਬ ਨਾਲੋਂ ਵੱਡਾ ਆ, ਅਤੇ ਨਾ ਹੀ ਕਦੀ ਵੀ ਕੋਈ ਵੀ ਬੰਦਾ ਕਿਸੇ ਵੀ ਇੰਸਟੀਟਿਊਸ਼ਨ ਨਾਲੋਂ ਵੱਡਾ ਹੋ ਸਕਦਾ। ਜੇ ਇਸ ਗੱਲ ਨੂੰ ਅਸੀਂ ਅੱਜ ਦੇ ਸੰਦਰਭ 'ਚ ਦੇਖੀਏ, ਹਾਲਾਂਕਿ ਦੇਖਣ ਨੂੰ ਪ੍ਰਧਾਨ ਮੰਤਰੀ ਮੋਦੀ ਸਾਹਿਬ BJP ਤੋਂ ਵੱਡੇ ਲੱਗਦੇ ਨੇ, ਪਰ ਇਹ ਜਿਹੜਾ ਆ ਇਹ ਵਹਿਮ ਹੁੰਦਾ ਆ ਕਿ ਸਾਡਾ ਜਿਹੜਾ ਪਰਛਾਵਾਂ ਆ ਉਹ ਦਿਨ ਢਲਣ ਦੇ ਵੇਲੇ ਲੰਬਾ ਹੋ ਜਾਂਦਾ, ਅਤੇ ਕੋਈ ਵੀ ਬੰਦਾ ਕਿਸੇ ਵੀ ਸੰਸਥਾ ਨਾਲੋਂ ਵੱਡਾ ਨਹੀਂ ਹੁੰਦਾ, ਸੰਵਿਧਾਨ ਨਾਲੋਂ ਵੱਡਾ ਨਹੀਂ ਹੁੰਦਾ, ਕੈਬਨਿਟ ਨਾਲੋਂ ਵੱਡਾ ਨਹੀਂ ਹੁੰਦਾ, ਸਟੇਟ ਨਾਲੋਂ ਵੱਡਾ ਨਹੀਂ ਹੁੰਦਾ। ਸਿੱਧੂ ਸਾਹਿਬ ਦੀ ਜਿਹੜੀ ਗੱਲਬਾਤ ਆ ਉਹ ਬਿਲਕੁਲ ਉਹ ਗਲਤ ਮਗਾਲਤੇ 'ਚ ਆ ਕਿ ਮੈਨੂੰ ਮੁੱਖ ਮੰਤਰੀ ਬਣਾਉਣਾ ਚਾਹੀਦਾ ਜਾਂ ਮੈਨੂੰ ਡਿਪਟੀ ਮੁੱਖ ਮੰਤਰੀ ਬਣਾਉਣਾ ਚਾਹੀਦਾ ਜਾਂ ਮੈਨੂੰ ਪਾਰਟੀ ਪ੍ਰਧਾਨ ਬਣਾਉਣਾ ਚਾਹੀਦਾ। ਪਰ ਖਬਰਾਂ ਇਹ ਨੇ ਕਿ ਜਿਹੜੇ ਕੈਪਟਨ ਸਾਹਿਬ ਨੇ ਉਹ ਵਜ਼ੀਰੀ ਤੋਂ ਬਿਨਾਂ ਉਹਨਾਂ ਨੂੰ ਕੁਝ ਦੇਣਾ ਨਹੀਂ ਚਾਹੁੰਦੇ। ਮੈਂ ਬਿਲਕੁਲ ਉਸੇ ਗੱਲ ਦੀ ਗੱਲ ਕਰਦਾ ਸੀ, ਹਾਲਾਂਕਿ ਉਹਨਾਂ ਨੇ ਆਪ ਆਪਣੇ ਲਈ ਕਦੀ ਕਿਸੇ ਗੱਲ ਦੀ ਡਿਮਾਂਡ ਨਹੀਂ ਕੀਤੀ, ਪਰ ਜਦੋਂ ਬੱਚਾ ਰਿਆੜ ਕਰਦਾ ਆ, ਜੇ ਉਹ ਮਾਂ ਕੋਲ ਜਾਂ ਬਾਪ ਕੋਲ ਕਿਸੇ ਗੱਲ ਲਈ ਗੁੱਸੇ ਹੁੰਦਾ, ਤਾਂ ਭਾਵੇਂ ਉਹ ਨਹੀਂ ਮੰਗਦਾ ਪਰ ਘਰਦਿਆਂ ਨੂੰ ਪਤਾ ਹੁੰਦਾ ਕਿ ਉਹ ਚਾਹੁੰਦਾ ਕੀ ਆ। ਅਤੇ ਜਦੋਂ ਤੁਸੀਂ 3 ਵਾਰ ਦੇ ਮੈਂਬਰ ਪਾਰਲੀਮੈਂਟ ਰਹੇ ਆ ਅੰਮ੍ਰਿਤਸਰ ਵਰਗੀ ਵਕਾਰੀ ਸੀਟ ਤੋਂ, ਤੁਸੀਂ ਉੱਥੇ ਵੱਡੇ ਵਿਰੋਧੀਆਂ ਨੂੰ ਹਰਾਇਆ, ਇਸ ਤੋਂ ਪਹਿਲਾਂ ਇਹ ਸੀਟ ਕਾਂਗਰਸ ਕੋਲ ਹੁੰਦੀ ਸੀ, ਰਘੁਨੰਦਨ ਲਾਲ ਭਾਟੀਆ ਜੀ ਇੱਥੋਂ ਬਹੁਤ ਟਾਈਮ ਜਿੱਤਦੇ ਰਹੇ ਨੇ, ਜੇ ਤੁਸੀਂ ਇਸ ਸੀਟ ਦੇ ਉੱਤੇ 3 ਵਾਰ ਮੈਂਬਰ ਪਾਰਲੀਮੈਂਟ ਬਣੇ ਆ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ 2 ਵਾਰ, ਤੁਹਾਡੀ ਮਜੀਠੀਆ ਸਾਹਿਬ ਨਾਲ ਜਾਂ ਬਾਦਲ ਫੈਮਿਲੀ ਨਾਲ ਕੁਝ ਤਕਰਾਰ ਹੋਈ, ਤੁਸੀਂ ਉਸ ਪਾਰਟੀ ਨੂੰ ਛੱਡ ਦਿੱਤਾ, ਤੁਸੀਂ ਦੂਜੀ ਪਾਰਟੀ 'ਚ ਆ ਗਏ, ਅਤੇ ਤੁਸੀਂ ਦੂਜੀ ਪਾਰਟੀ ਵਿੱਚ ਆਉਂਦੇ ਸਾਰ ਹੀ ਪਹਿਲੀ ਟਰਮ ਦੇ ਵਿੱਚ ਹੀ ਜੇ ਤੁਸੀਂ ਡਿਪਟੀ ਮੁੱਖ ਮੰਤਰੀ ਬਣਨਾ ਚਾਹੁੰਦੇ ਆ, ਤਾਂ ਤੁਹਾਡੀ ਵੀ ਕਿਤੇ ਗਲਤੀ ਆ। ਜੇ ਪੰਜਾਬ ਦੀ ਹੀ ਗੱਲ ਕਰ ਲਈਏ, 3 ਵਾਰ ਮੈਂਬਰ ਪਾਰਲੀਮੈਂਟ ਰਹੇ ਆ, ਅਤੇ 1 ਵਾਰੀ ਉਹ MLA ਬਣੇ ਆ, ਜਾਂ ਦੂਜੀ ਵਾਰ ਉਹਨਾਂ ਦੀ ਵਾਈਫ ਵੀ 1 ਵਾਰੀ ਮੈਂਬਰ MLA ਰਹੀ ਆ, ਕੀ ਉਹਨਾਂ ਦਾ ਕੀ ਹੁਣ ਤੱਕ ਉਹਨਾਂ ਨੇ ਕੰਮ ਕੀਤਾ? ਮੈਂਬਰ ਪਾਰਲੀਮੈਂਟ ਹੁੰਦੇ ਹੋਏ ਵੀ ਅੰਮ੍ਰਿਤਸਰ ਦੇ ਵਿੱਚ ਕਿੰਨੇ ਕੁ ਵੱਡੇ ਸੁਧਾਰ ਉਹਨਾਂ ਨੇ ਕਰ ਦਿੱਤੇ। ਜੇ ਉਹਨਾਂ ਕੋਲ, ਅਸੀਂ ਇਸ ਗੱਲ ਨਾਲ ਸਹਿਮਤ ਹਾਂ ਕਿ ਤਾਮਿਲਨਾਡੂ ਦੀ ਸ਼ਰਾਬ ਨੀਤੀ ਦੀ ਉਹਨਾਂ ਨੇ ਸਮੀਖਿਆ ਕੀਤੀ ਸੀ, ਜਾਂ ਪੰਜਾਬ ਦੀ ਰੇਤ ਪਾਲਿਸੀ ਨੂੰ ਲੈ ਕੇ ਉਹਨਾਂ ਕੋਲ ਕੁਝ ਪਲਾਨ ਸੀ, ਟਰਾਂਸਪੋਰਟ ਨੀਤੀ ਨੂੰ ਲੈ ਕੇ ਕੁਝ ਪਲਾਨ ਸੀ, ਲੋਕਲ ਬਾਡੀ ਗਵਰਨਮੈਂਟ ਨੂੰ ਠੀਕ ਕਰਨ ਦੇ ਉਹਨਾਂ ਕੋਲ ਕੁਝ ਪਲਾਨ ਸੀ, ਉਹ ਨਹੀਂ ਪਾਸ ਹੋ ਸਕੇ। ਜੇ ਤੁਹਾਨੂੰ ਤੁਹਾਡਾ ਮਹਿਕਮਾ ਬਦਲ ਕੇ, ਜੇ ਬਿਜਲੀ ਮਹਿਕਮਾ ਵੀ ਦਿੱਤਾ ਗਿਆ ਸੀ, ਤਾਂ ਬਿਜਲੀ ਮਹਿਕਮੇ 'ਚ ਕਰਨ ਵਾਲੇ ਬਹੁਤ ਕੰਮ ਨੇ ਸਵਲੀਨ ਜੀ। ਪੰਜਾਬ ਦੇ ਵਿੱਚ ਬਿਜਲੀ ਜਿਹੜੀ ਆ ਉਹਦੇ ਨਾਲ ਜੇ ਅਸੀਂ ਉਹਨੂੰ ਗੱਲ ਕਰੀਏ, ਤਾਂ 19% ਟ੍ਰਾਂਜ਼ਿਟ ਲੋਸ ਨੇ, 21% ਤੋਂ ਜ਼ਿਆਦਾ ਬਿਜਲੀ ਚੋਰੀ ਹੁੰਦੀ ਆ, ਪੁਰਾਣੀਆਂ ਤਾਰਾਂ ਨੇ, ਖੇਤੀ ਵਾਲੀ ਬਿਜਲੀ ਦਾ ਹਾਲ ਖਰਾਬ ਆ, ਪਿੰਡਾਂ ਵਾਲੀ ਬਿਜਲੀ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਠੀਕ ਕਰਨ ਵਾਲੀਆਂ। ਜੇ ਠੀਕ ਹੀ ਕਰਨੀਆਂ ਸੀ ਤਾਂ ਤੁਸੀਂ ਬਿਜਲੀ ਮਹਿਕਮੇ 'ਚ ਰਹਿ ਕੇ ਵੀ ਕੰਮ ਕਰ ਸਕਦੇ। ਕਿਸੇ ਵੀ ਬਿਜਲੀ ਘਰ ਦੇ ਵਿੱਚ ਪੰਜਾਬ ਦੇ, ਚਾਹੇ ਛੋਟਾ ਚਾਹੇ ਵੱਡਾ, ਮੁਲਾਜ਼ਮ ਪੂਰੇ ਨਹੀਂ ਹੈ, ਜਿਹੜੇ ਹੈਗੇ ਨੇ ਉਹਨਾਂ ਦਾ ਕਾਰੋਬਾਰ ਦਾ ਤਰੀਕਾ ਜਿਹੜਾ ਆ, ਕੰਮ ਕਰਨ ਦਾ ਤਰੀਕਾ ਉਹ ਠੀਕ ਨਹੀਂ ਹੈ। ਈਵਨ ਕਿ ਸਾਡੇ ਛੋਟੇ ਛੋਟੇ ਪਿੰਡਾਂ ਦੇ ਵਿੱਚ ਜਿਹੜੇ ਬਿਜਲੀ ਘਰ ਬਣੇ ਹੋਏ, ਉਹਨਾਂ ਦੀਆਂ ਇਮਾਰਤਾਂ ਠੀਕ ਨਹੀਂ ਹੈ। ਜੇ ਤੁਸੀਂ ਕੰਮ ਹੀ ਕਰਨਾ ਸੀ ਤਾਂ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਕਰ ਸਕਦੇ ਸੀ। ਸਿਆਸਤ ਅਤੇ ਕਮੈਂਟਰੀ, ਜਾਂ ਸਿਆਸਤ ਅਤੇ ਜਿਹੜੇ TV ਦੇ ਪ੍ਰੋਗਰਾਮ ਆ, ਜਾਂ ਫਿਰ ਸਿਆਸਤ ਅਤੇ ਕ੍ਰਿਕਟ ਜਿਹੜੇ ਆ, ਇਹ ਵੱਖ ਵੱਖ ਗੱਲਾਂ ਹੈ। ਇਸ ਗੱਲ ਨੂੰ ਸਮਝਣਾ ਪਏਗਾ। ਤੁਸੀਂ ਇਮਾਨਦਾਰ ਹੋ ਇਸ ਗੱਲ 'ਤੇ ਕਿਸੇ ਨੂੰ ਕੋਈ ਸ਼ੱਕ ਨਹੀਂ, ਤੁਹਾਡੀਆਂ ਪਾਲਿਸੀਆਂ ਉਮਦਾ ਨੇ ਇਸ ਗੱਲ 'ਤੇ ਵੀ ਕਿਸੇ ਨੂੰ ਕੋਈ ਸ਼ੱਕ ਨਹੀਂ, ਤੁਹਾਡੇ ਪਿੱਛੇ ਲੋਕ ਨੇ, ਤੁਸੀਂ ਚੰਗੇ ਬੁਲਾਰੇ ਹੋ, ਇਸ ਗੱਲ ਦੀ ਵੀ ਕੋਈ ਸ਼ੱਕ ਨਹੀਂ, ਪਰ ਸਿਰਫ ਤੁਸੀਂ ਹੀ ਸਭ ਕੁਛ ਹੋ ਇੱਦਾਂ ਨਹੀਂ ਹੁੰਦਾ। ਰਾਜਨੀਤੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਤਾਂ ਜਦੋਂ ਅਸੀਂ ਪ੍ਰਕਾਸ਼ ਸਿੰਘ ਬਾਦਲ ਨੂੰ ਸੁਣਦੇ ਹਾਂ, ਤਾਂ ਉਹ ਪਹਿਲਾਂ ਇਹ ਕਹਿੰਦੇ ਨੇ ਕਿ ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਆ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕਲਾ ਹੈ। ਸਿੱਧੂ ਸਾਹਿਬ ਜੇ ਆਪਣੇ ਆਪ ਨੂੰ ਕੈਪਟਨ ਸਾਹਿਬ ਤੋਂ ਵੀ ਵੱਡਾ ਸਮਝਦੇ ਆ, ਤਾਂ ਇਹ ਉਹਨਾਂ ਦੀ ਗਲਤ ਫਹਿਮੀ ਹੈ। ਇੱਥੇ ਪੰਜਾਬ ਕਾਂਗਰਸ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਵਹਿਮ ਪਾਲਿਆ ਸੀ ਕਿ ਅਸੀਂ ਧੜੇਬੰਦੀ ਬਣਾਵਾਂਗੇ, ਅਸੀਂ ਇੱਦਾਂ ਕਰਾਂਗੇ, ਅਸੀਂ ਉੱਦਾਂ ਕਰਾਂਗੇ, ਕੈਪਟਨ ਨੂੰ ਠਿੱਬੀ ਲਾਵਾਂਗੇ। ਪਿਛਲੀ ਸਰਕਾਰ ਤੋਂ, ਇਸ ਤੋਂ ਪਹਿਲਾਂ 2 ਵਾਰ ਅਕਾਲੀ ਦਲ ਦੀ ਸਰਕਾਰ ਰਹੀ ਆ, ਜੇ ਉਸ ਤੋਂ ਪਿੱਛੇ ਚਲੇ ਜਾਈਏ ਤਾਂ ਬੀਬੀ ਭੱਠਲ ਨੇ ਬੜਾ ਜ਼ੋਰ ਲਾਇਆ ਸੀ ਜੀ, ਉਸ ਦੇ ਨਾਲ ਨਾਲ ਦੂਲੋ ਸਾਹਿਬ, ਬਾਜਵਾ ਜੀ, ਹੋਰ ਬਹੁਤ ਸਾਰੀਆਂ ਇਹੋ ਜਿਹੀਆਂ ਧਿਰਾਂ ਨੇ, ਬਹੁਤ ਸਾਰੇ ਇਹੋ ਜਿਹੇ MLA ਨੇ ਜਿਨ੍ਹਾਂ ਨੇ ਗਰੁੱਪ ਵੀ ਬਣਾਏ ਅਤੇ ਬਹੁਤ ਕੁਝ ਕਰਨ ਦਾ ਯਤਨ ਵੀ ਕੀਤਾ। ਪਰ ਗੱਲ ਤਾਂ ਉੱਥੇ ਆ ਨਾ, 117 ਸੀਟਾਂ ਦੀ ਵਿਧਾਨ ਸਭਾ ਆ, 59 ਜਾਂ 60 ਤੁਹਾਨੂੰ ਚਾਹੀਦੀਆਂ ਨੇ, ਅਤੇ ਤੁਸੀਂ 59-60 ਬੰਦਿਆਂ ਨੂੰ ਨਾਲ ਲੈ ਕੇ ਚੱਲੂਗੇ, 16, 17, 18 ਜਿੰਨੇ ਵੀ ਮੈਂਬਰ ਬਣਦੇ ਨੇ, ਮਿਨਿਸਟਰ ਬਣਦੇ ਨੇ, ਉਹਨਾਂ ਨੂੰ ਸਾਰਿਆਂ ਨੂੰ ਮਹਿਕਮੇ ਦਿੱਤੇ ਜਾਂਦੇ ਨੇ, ਆਪਣੇ ਆਪਣੇ ਮਹਿਕਮੇ 'ਚ ਕੰਮ ਕਰਕੇ ਦਿਖਾਓ ਜੀ।
ਤੁਸੀਂ ਬੋਲਣ ਚੰਗੇ ਬੁਲਾਰੇ ਹੋ, ਸਾਹਿਤ ਪ੍ਰੇਮੀ ਹੋ, ਤੁਹਾਨੂੰ ਉਹਦੇ 'ਚ ਲਈ ਉਹਦੇ ਲਈ ਕੁਝ ਕੰਮ ਕਰਕੇ ਦਿਖਾਉਣਾ ਚਾਹੀਦਾ ਸੀ। ਹੁਣ ਜੇ ਤੁਸੀਂ ਇੰਨੀਆਂ ਮੀਟਿੰਗਾਂ ਕਰਦੇ ਹੋ, ਇੱਕ ਵਾਰ ਤੁਸੀਂ ਕਹਿ ਦਿੰਦੇ ਹੋ ਇਹ ਮੇਰੇ ਗੁਰੂ ਨੇ, ਇਹ ਮੇਰੇ ਵੱਡੇ ਭਰਾ ਨੇ, ਬਾਹਰ ਨਿਕਲ ਕੇ ਤੁਸੀਂ ਕਹਿੰਦੇ ਹੋ ਸੰਸਕਾਰਾਂ ਨਾਲ ਬੱਝੇ ਰਹੋ ਅਤੇ ਵਿਚਾਰਾਂ ਤੋਂ ਆਜ਼ਾਦ ਰਹੋ। ਵਿਚਾਰਾਂ ਦੀ ਆਜ਼ਾਦੀ ਚੰਗੀ ਗੱਲ ਆ, ਪਰ ਤੁਹਾਡੀ ਆਜ਼ਾਦੀ ਕਿਸੇ ਹੋਰ ਦੀ ਆਜ਼ਾਦੀ ਦੇ ਵਿੱਚ ਖਲਲ ਨਾ ਨਾ ਪਾਵੇ। ਜੀ, ਕੈਪਟਨ ਨਾਲ ਚਾਹ ਪੀ ਕੇ ਇਹਨਾਂ ਨੇ 3 ਟਵੀਟ ਕੀਤੇ ਨੇ ਅਤੇ 3 ਬੜੇ ਢੱਕ ਲਪੇਟ ਕੇ ਕੀਤੇ ਨੇ। ਕੀ ਸਿੱਧੂ ਨੂੰ ਸਿੱਧੀ ਗੱਲ ਕਰਨੀ ਨਹੀਂ ਆਉਂਦੀ ਕਿ ਕਰਨਾ ਨਹੀਂ ਚਾਹੁੰਦੇ? ਤੁਸੀਂ ਬੜੀ ਸੋਹਣਾ ਗੱਲ ਕਿਹਾ, ਮੈਨੂੰ ਲੱਗਦਾ ਕਿ ਸਿੱਧੂ ਸਿੱਧੀ ਗੱਲ ਨਹੀਂ ਕਰਦੇ। ਐਕਚੁਅਲ ਦੇ ਵਿੱਚ ਮੈਨੂੰ ਇੱਦਾਂ ਲੱਗਦਾ ਕਿਤੇ ਨਾ ਕਿਤੇ ਰਾਜਨੀਤੀ ਦੇ ਜਿਹੜੇ ਲੋਕ ਨੇ ਇਹਨਾਂ ਦੀ ਆਦਤ ਬਣ ਜਾਂਦੀ ਹੈ। ਜੋ ਸੋਚਦੇ ਨੇ ਉਹ ਕਰਦੇ ਨਹੀਂ, ਜੋ ਕਹਿੰਦੇ ਨੇ ਉਹ ਦੱਸਦੇ ਨਹੀਂ, ਕਰਦੇ ਕੁਝ ਹੋਰ ਨੇ, ਕਹਿੰਦੇ ਕੁਝ ਹੋਰ ਨੇ, ਦੱਸਦੇ ਕੁਝ ਹੋਰ ਨੇ, ਅਤੇ ਇਹਨਾਂ ਦੇ ਅੰਦਰ ਖਿਆਲ 'ਚ ਕੁਝ ਹੋਰ ਹੁੰਦਾ। ਪਰ ਹੁਣ ਇਹੋ ਜਿਹੇ ਹਾਲਾਤਾਂ 'ਚ ਫਸੇ ਹੋਏ ਨੇ ਕਿ ਉਹਨਾਂ ਨੂੰ ਖੁਦ ਵੀ ਸਮਝ ਨਹੀਂ ਆ ਰਿਹਾ ਕਿ ਹੋਵੇਗਾ ਕੀ, ਕੀਤਾ ਕੀ ਜਾਵੇ ਅਤੇ ਕੀ ਨਾ ਕੀਤਾ ਜਾਵੇ। ਇੱਕ ਗੱਲ ਹੋਰ ਮੈਂ ਇੱਥੇ ਕਹਿਣੀ ਚਾਹੁੰਦਾ ਕਿ ਜੋ 3-4 ਸਾਲ ਪਹਿਲਾਂ ਜਦੋਂ ਉਹ ਮਿਨਿਸਟਰ ਬਣਾਏ ਗਏ ਸੀ ਅਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਕਾਰਜਕਾਰੀ ਸ਼ੁਰੂ ਕੀਤੀ ਸੀ ਲੋਕਲ ਬਾਡੀ ਗਵਰਨੈਂਸ ਨੂੰ ਲੈ ਕੇ, ਕੁਝ ਨਗਰ ਨਿਗਮਾਂ ਦੇ ਵਿੱਚੋਂ ਕੁਝ ਅਫਸਰਾਂ ਨੂੰ ਬਰਖਾਸਤ ਕੀਤਾ ਸੀ, ਕੁਝ ਕਾਰਵਾਈਆਂ ਦੀ ਸ਼ੁਰੂਆਤ ਕੀਤੀ ਸੀ, ਉਸ ਤੋਂ ਬਾਅਦ ਜਦੋਂ ਇਹਨਾਂ ਦਾ ਮਹਿਕਮਾ ਬਦਲਿਆ ਗਿਆ ਸੀ ਉਦੋਂ ਪੰਜਾਬ ਦੇ ਵਿੱਚ ਲੋਕ ਸਿੱਧੂ ਸਿੱਧੂ ਕਰਦੇ ਸੀ। ਲੋਕਾਂ ਨੂੰ ਲੱਗਦਾ ਸੀ ਕਿ ਇੱਕ ਇਸ ਬੰਦੇ ਨੇ ਕੰਮ ਸ਼ੁਰੂ ਕੀਤਾ ਅਤੇ ਇਹਦਾ ਮਹਿਕਮਾ ਬਦਲ ਦਿੱਤਾ ਗਿਆ। ਪਰ ਉਸ ਤੋਂ ਬਾਅਦ, ਕਿਉਂਕਿ ਤੁਸੀਂ ਬਹੁਤ ਲੰਬਾ ਸਮਾਂ ਗੁਫਾ 'ਚ ਬੈਠੇ ਰਹੇ, ਪਤਾ ਨਹੀਂ ਤੁਸੀਂ ਕੀ ਚਿੰਤਨ ਮੰਥਨ ਕਰਦੇ ਸੀ ਜਾਂ ਕਿੱਥੇ ਸੀ, ਕੀ ਕਰਦੇ ਸੀ, ਕੀ ਨਹੀਂ ਕਰਦੇ ਸੀ। ਤੁਸੀਂ ਨਾ ਸੋਸ਼ਲ ਮੀਡੀਆ 'ਤੇ ਸੀ, ਨਾ ਆਪਣੇ ਲੋਕਾਂ 'ਚ ਸੀ, ਨਾ ਤੁਸੀਂ ਆਪਣੇ MLA ਹਲਕੇ 'ਚ ਰਹੇ, ਤੁਸੀਂ ਕਿਤੇ ਵੀ ਹੋਵੋ, ਪਰ ਤੁਹਾਡੀ ਕਾਰਜਕਾਰੀ ਕਿਤੇ ਨਜ਼ਰ ਨਹੀਂ ਆਈ। ਉਸ ਤੋਂ ਲੈ ਕੇ ਹੁਣ ਤੱਕ ਉਹਨਾਂ ਦੇ ਗਰਾ ਉਹਨਾਂ ਦੇ ਜਿਹੜਾ ਕਿਰਦਾਰ ਜਿਹੜਾ ਹੈਗਾ ਆ, ਗ੍ਰਾਫ ਆ, ਜਿਹੜਾ ਪਾਪੂਲੇਸ਼ਨ ਗ੍ਰਾਫ ਆ ਕਿ ਉਹਨਾਂ ਦੀ ਪਾਪੂਲੈਰਿਟੀ ਕਿੰਨੀ, ਉਹਦੇ 'ਚ ਕਮੀ ਹੀ ਆਈ ਆ। ਅੱਜ ਵੀ ਲੋੜ ਕਾਂਗਰਸ ਨੂੰ, ਪੰਜਾਬ ਦੀ ਕਾਂਗਰਸ ਨੂੰ ਇਸ ਗੱਲ ਦੀ ਆ ਕਿ ਬਾਹਰ ਵਿਰੋਧ ਜਿਹੜਾ ਉਹ ਘੱਟ ਆ, ਅਕਾਲੀ ਦਲ ਵੀ ਕਮਜ਼ੋਰ ਆ, ਹਾਲਾਂਕਿ ਉਹਨਾਂ ਨੇ ਕੋਸ਼ਿਸ਼ ਬਹੁਤ ਤੇਜ਼ੀ ਨਾਲ ਆਰੰਭੀ ਹੋਈ ਆ। ਆਮ ਆਦਮੀ ਪਾਰਟੀ ਵੀ ਉਨੀ ਤਾਕਤਵਰ ਨਹੀਂ ਹੈ, ਹਾਲਾਂਕਿ ਲੋਕਾਂ ਦੇ ਵਿੱਚ ਉਹਨਾਂ ਦੀ ਚਰਚਾ ਜ਼ਰੂਰ ਹੈ। ਉਹ ਪੰਜਾਬ ਦੀ ਚਰਚਾ ਨਹੀਂ ਹੈਗੀ, ਦਿੱਲੀ ਦੀਆਂ ਗੱਲਾਂ ਦੀ ਚਰਚਾ ਜ਼ਰੂਰ ਹੈ। ਜਿੰਨੇ ਵੀ ਲੋਕ ਅਖਬਾਰਾਂ ਪੜ੍ਹਦੇ ਨੇ, ਖਬਰਾਂ ਪੜ੍ਹਦੇ ਨੇ, ਉਹ ਇਸ ਗੱਲ ਦੀ ਗੱਲ ਜ਼ਰੂਰ ਕਰਦੇ ਨੇ, ਯਾਰ ਕੇਜਰੀਵਾਲ ਨੇ ਦਿੱਲੀ ਵਿੱਚ ਬਿਜਲੀ ਬੜੀ ਸੌਖੀ ਰੱਖੀ ਹੋਈ, ਯਾਰ ਦਿੱਲੀ ਦੇ ਵਿੱਚ ਪਾਣੀ ਦੀ ਸਮੱਸਿਆ ਕੋਈ ਨਹੀਂ ਆਉਂਦੀ, ਯਾਰ ਦਿੱਲੀ ਦੇ ਵਿੱਚ ਜੇ ਕੋਈ ਸਰਕਾਰੀ ਕੰਮ ਆ ਤਾਂ ਉਹ ਜਿਹੜਾ ਸੌਖਿਆਂ ਹੋ ਜਾਂਦਾ, ਯਾਰ ਰਾਸ਼ਨ ਦੀ ਵੰਡ ਨੂੰ ਲੈ ਕੇ ਵੀ ਦੇਖੋ, ਉਹ ਆਪਣੇ ਆਪ ਹੀ ਜਿਹੜਾ ਆਟੋਮਾਈਜੇਸ਼ਨ ਕਰਨਾ ਚਾਹੁੰਦੇ ਕਿ ਲੋਕਾਂ ਦੇ ਘਰ ਘਰ ਰਾਸ਼ਨ ਪਹੁੰਚ ਜਾਏ ਤਾਂ ਕਿ ਰਾਸ਼ਨ ਕਾਰਡਾਂ ਵਾਲਾ ਜਾਂ ਰਾਸ਼ਨ ਡਿਪੂਆਂ ਵਾਲਾ ਘਪਲਾ ਨਾ ਹੋਵੇ। ਸੋ ਇਹਨਾਂ ਚੀਜ਼ਾਂ ਨੂੰ ਲੈ ਕੇ, ਕਿਉਂਕਿ ਲੋਕਾਂ ਦੇ ਮੁੱਦੇ ਨੇ, ਲੋਕਾਂ ਨਾਲ ਜੁੜੀ ਹੋਈ ਗੱਲ ਆ। ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਆਮ ਆਦਮੀ ਪਾਰਟੀ ਦੀ ਚਰਚਾ ਲੋਕਾਂ 'ਚ ਜ਼ਰੂਰ ਆ, ਪਰ ਉਹਨਾਂ ਦੀ ਜਿਹੜੀ ਸਮੱਸਿਆ ਆ ਉਹ ਕੁਝ ਹੋਰ ਆ। ਉਹਨਾਂ ਨੂੰ ਲੋਕਾਂ ਦੇ ਵਿੱਚ ਮਨ ਭਾਉਂਦੇ ਚਿਹਰਿਆਂ ਦੀ ਤਲਾਸ਼ ਆ, ਚਾਹੇ ਉਹ ਕਾਸਟ ਸਿਸਟਮ ਦੇ ਨਾਲ ਲੈ ਲਈਏ, ਚਾਹੇ ਉਹ CM ਦੇ ਮੁੱਦੇ ਨੂੰ ਲੈ ਕੇ ਲੈ ਲਈਏ, ਉਹਨਾਂ ਦੇ ਕੋਲ ਕੁਝ ਵੱਡੇ ਆਗੂ ਅਤੇ ਵੱਡੇ ਚਿਹਰਿਆਂ ਦੀ ਕਮੀ ਆ। ਅਤੇ ਕਾਂਗਰਸ ਦੇ ਜੋ ਹਾਲਾਤ ਨੇ, ਹਾਲਾਂ ਕਿਉਂਕਿ ਵੱਡੀਆਂ ਵਿਰੋਧੀ ਪਾਰਟੀਆਂ ਤੁਹਾਡੀਆਂ ਕਮਜ਼ੋਰ ਨੇ, ਇਸ ਕਰਕੇ ਤੁਸੀਂ ਖੁਸ਼ੀ 'ਚ ਹੋ ਸਕਦੇ ਹੋ ਕਿ ਅਸੀਂ ਸਰਕਾਰ ਬਣਾ ਲਾਂਗੇ, ਪਰ ਜਿੱਦਾਂ ਮੈਂ ਦੱਸਿਆ ਕਿ ਜਿਹੜੀ ਰਾਜਨੀਤੀ ਆ ਉਹ ਸਮੇਂ ਅਤੇ ਪ੍ਰਸਥਿਤੀਆਂ ਦੀ ਖੇਲ ਆ। ਤੋ ਸਿੱਧੂ ਸਾਹਿਬ ਵਾਲਾ ਜਿਹੜਾ ਚੈਪਟਰ ਆ ਉਹ ਇਹਨਾਂ ਦੀ ਆਪਣੀ ਮਰਜ਼ੀ 'ਤੇ ਆ ਕਿ ਜੇ ਤਾਂ ਇਹ ਮਿਲ ਕੇ ਚੱਲਣਾ ਚਾਹੁੰਦੇ ਨੇ ਤਾਂ ਚੱਲ ਸਕਦੇ ਨੇ, ਕੈਬਨਿਟ ਦੇ ਵਿੱਚ ਅਹੁਦਾ ਲੈ ਲੈਣ, ਥੋੜ੍ਹਾ ਸਮਾਂ ਮਿਲੇਗਾ, ਕੋਈ ਗੱਲ ਨਹੀਂ, ਮਿਲ ਕੇ ਚੱਲਣ, ਆਉਣ ਵਾਲੇ ਸਮੇਂ 'ਚ ਸਰਕਾਰ ਬਣਦੀ ਨਜ਼ਰ ਆਉਂਦੀ ਹੈ ਅਤੇ ਅਗਲੇ 5 ਸਾਲਾਂ 'ਚ ਕੰਮ ਕਰਕੇ ਦਿਖਾ ਸਕਦੇ ਨੇ। ਜ਼ਰੂਰੀ ਨਹੀਂ ਆ ਕਿ ਤੁਸੀਂ ਰੇਤ ਮਾਫੀਆ ਨੂੰ ਹੀ ਖਤਮ ਕਰਨਾ ਆ, ਤੁਸੀਂ ਕੋਈ ਵੀ ਕੰਮ ਕਰਕੇ ਦਿਖਾਓ, ਬਿਲਕੁਲ ਤੁਹਾਡੀ ਅਕਾਊਂਟੇਬਿਲਟੀ ਕਲੀਅਰ ਤਾਂ ਹੋਵੇ, ਤੁਹਾਡੀ ਕ੍ਰੈਡੀਬਿਲਟੀ ਦਾ ਪਤਾ ਤਾਂ ਲੱਗੇ ਕਿ ਤੁਸੀਂ ਕਿੰਨੇ ਕੁ ਪੰਜਾਬ ਹਿਤੈਸ਼ੀ ਹੋ। ਜੇ ਤੁਸੀਂ ਵਾਰ ਵਾਰ ਟਪੂਸੀਆਂ ਮਾਰਦੇ ਆ, ਛੱਡੀ ਜਾਂਦੇ ਆ, ਟਵੀਟ ਕਰੀ ਜਾਂਦੇ ਆ, ਫਿਰ ਤਾਂ ਇਹੀ ਲੱਗਦਾ ਕਿ ਤੁਸੀਂ ਆਪਣੇ ਆਪ ਲਈ ਕੁਛ ਚਾਹੁੰਦੇ ਆ। ਜੀ ਸ਼ਰਮਾ ਜੀ, ਰਾਜਨੀਤਿਕ ਸਮੀਕਰਨ ਭਾਵੇਂ ਕੁਛ ਵੀ ਕਹਿਣ, ਪਰ ਪੰਜਾਬ ਦੇ ਲੋਕ ਅੱਜ ਵੀ ਸਿੱਧੂ ਤੋਂ ਚੰਗੀ ਆਸ ਰੱਖਦੇ ਨੇ। ਬਿਲਕੁਲ ਜੀ, ਮੁੱਦੇ ਹਾਲੇ ਹੋਰ ਵੀ ਬਹੁਤ ਨੇ, ਪਰ ਹੁਣ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ, ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਵੀ ਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਸੁਣਿਆ ਵੀ PM ਮੋਦੀ ਬੰਗਲਾਦੇਸ਼ ਗਏ ਨੇ 2 ਦਿਨਾਂ ਦੇ ਦੌਰੇ 'ਤੇ, ਅਤੇ ਕੀ ਕਹਿੰਦੀਆਂ ਨੇ ਤੁਹਾਡੀਆਂ ਸਮੀਕਰਨਾਂ ਇਸ ਦੌਰੇ ਬਾਰੇ? ਦੇਖੋ ਜੀ, ਪ੍ਰਧਾਨ ਮੰਤਰੀ ਜਦੋਂ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਸੀ ਤਾਂ ਉਦੋਂ ਇਹਨਾਂ ਨੇ ਇੰਨੇ ਕੁ ਦੌਰੇ ਕੀਤੇ ਸੀ ਅਤੇ ਕਿਹਾ ਜਾਂਦਾ ਸੀਗਾ ਕਿ ਇਹਨਾਂ ਨੇ ਪ੍ਰਧਾਨ ਮੰਤਰੀ ਬਣੇ ਨੇ ਜਾਂ ਜਿਹੜਾ ਵਰਲਡ ਟੂਰ ਦਾ ਟਿਕਟ ਜਿੱਤਿਆ। ਚੁਟਕਲਿਆਂ ਦੀ ਗੱਲ ਕਰਦਾ ਮੈਂ, ਜਾਂ ਆਮ ਤੌਰ 'ਤੇ ਸਾਡੇ ਫੇਸਬੁੱਕ ਜਾਂ ਸੋਸ਼ਲ ਮੀਡੀਆ, ਵਟਸਐਪ, ਇਹੋ ਜਿਹੀਆਂ ਗੱਲਾਂ ਜਿਹੜੀਆਂ ਆਮ ਉੱਡਦੀਆਂ ਰਹੀਆਂ, ਪਰ ਮੈਂ ਇਸ ਚੁਟਕਲੇ ਨਾਲ ਸਹਿਮਤ ਨਹੀਂ। ਆਮ ਤੌਰ 'ਤੇ ਜਿਹੜਾ ਵੀ ਰਾਸ਼ਟਰ ਮੁਖੀ ਆ, ਜਿਹੜਾ ਵੀ ਦੇਸ਼ ਦਾ ਮੁਖੀ ਬਣਦਾ ਆ, ਚਾਹੇ ਉਹ ਪ੍ਰਧਾਨ ਮੰਤਰੀ ਆ ਜਾਂ ਕੁਝ ਦੇਸ਼ਾਂ ਦੇ ਵਿੱਚ ਰਾਸ਼ਟਰਪਤੀ ਹੁੰਦੇ ਨੇ, ਉਹਨਾਂ ਨੂੰ ਦੁਨੀਆ ਦੇ ਵਿੱਚ ਆਉਣਾ ਜਾਣਾ ਹੀ ਪੈਣਾ ਹੈ, ਉੱਥੇ ਜਾ ਕੇ ਆਪਣੇ ਜਿਹੜੇ ਸੰਬੰਧ ਆ ਉਹ ਸੁਧਾਰਨੇ ਪੈਣੇ ਨੇ। ਕੋਵਿਡ ਦੇ ਦੌਰਾਨ 1 ਸਾਲ ਤੱਕ ਮੇਰਾ ਖਿਆਲ ਉਹ ਕਿਤੇ ਨਹੀਂ ਜਾ ਪਾਏ, ਅਤੇ ਜਹਾਜ਼ ਵੀ 2 ਨਵੇਂ ਲਏ ਸੀ ਅਤੇ ਉਹਦਾ ਫਿਰ ਟ੍ਰਾਇਲ ਵੀ ਕਰਨਾ ਸੀ, ਪਰ ਸਫ਼ਰ ਜਿਹੜਾ ਉਹ ਛੋਟਾ ਹੀ ਚੁਣਿਆ, 2 ਘੰਟੇ ਦਾ ਰਸਤਾ ਆ ਸਿਰਫ ਦਿੱਲੀ ਤੋਂ ਢਾਕਾ ਤੱਕ ਦਾ।
ਗੱਲ ਕਰੀਏ ਉਹਨਾਂ ਦੇ ਉਸ ਮੁਲਕ ਦੇ ਆਜ਼ਾਦ ਹੋਣ ਦੀ ਜਾਂ ਮੁਲਕ ਦੇ ਮੁਲਕ ਬਣਨ ਦੀ, ਤਾਂ ਉਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਜਿਹੜਾ ਉਹ ਭਾਰਤ ਸਰਕਾਰ ਦਾ ਹੀ ਸੀ। ਉਦੋਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਬਹੁਤ ਵੱਡਾ ਯੋਗਦਾਨ ਸੀ ਉਸ ਦੇਸ਼ ਨੂੰ ਆਜ਼ਾਦ ਕਰਾਉਣ ਦਾ। ਅਤੇ 71 ਤੋਂ ਜਦੋਂ ਅਸੀਂ ਗਿਣਤੀ ਕਰਦੇ ਹਾਂ ਤਾਂ ਉਹਨਾਂ ਨੂੰ 50 ਸਾਲ ਹੋ ਗਏ ਆਜ਼ਾਦ ਹੋਇਆਂ ਨੂੰ, ਅਤੇ ਉਹਨਾਂ ਦਾ ਜਿਹੜੇ 50ਵੀਂ ਵਰੇ ਗੰਢ ਆ ਗੋਲਡਨ ਜੁਬਲੀ ਜਿਹੜੀ ਉਹਨਾਂ ਨੇ ਮਨਾਈ ਆ, ਅਤੇ ਉਹਦੇ ਲਈ ਪ੍ਰਧਾਨ ਮੰਤਰੀ ਉੱਥੇ ਇਨਵਾਈਟਡ ਸੀ। ਉਦੋਂ ਉਸ ਮੁਲਕ ਦੇ ਰਾਸ਼ਟਰਪਤੀ ਬਣੇ ਸੀ ਸ਼ੇਖ ਮੁਜੀਬੁਰ ਰਹਿਮਾਨ, ਅਤੇ ਹੁਣ ਉਹਨਾਂ ਦੀ ਬੇਟੀ ਸ਼ੇਖ ਹਸੀਨਾ ਜਿਹੜੀ ਉੱਥੇ ਰਾਸ਼ਟਰਪਤੀ ਆ, ਅਤੇ ਉੱਥੇ ਦੂਜੀ ਪੀੜ੍ਹੀ ਆ ਉਹਨਾਂ ਦੀ ਰਾਜ ਕਰ ਰਹੀ ਆ, ਅਤੇ ਪ੍ਰਧਾਨ ਮੰਤਰੀ ਸਾਹਿਬ ਇੱਧਰੋਂ ਗਏ ਆ ਉੱਥੇ। ਸ਼ੇਖ ਹਸੀਨਾ ਨੇ ਆਪ ਇਹਨਾਂ ਦਾ ਸਵਾਗਤ ਕੀਤਾ, ਅਤੇ ਮੁਜੀਬੁਰ ਰਹਿਮਾਨ ਵਾਲੀ ਹੀ ਇਹਨਾਂ ਨੇ ਜੈਕਟ ਪਾਈ ਹੋਈ ਸੀ। ਇਸ ਕੰਮ ਲਈ ਉਹ ਮਾਹਰ ਨੇ, ਗੱਲਬਾਤ ਜਿਹੜੀ ਉਹ ਕਿਵੇਂ ਕਰਨੀ ਆ ਅਤੇ ਡਰੈਸਿੰਗ ਸੈਂਸ ਜਿਹੜੀ ਉਹ ਕਿਵੇਂ ਦੀ ਬਣਾ ਕੇ ਰੱਖਣੀ ਆ, ਇਸ ਕੰਮ ਲਈ ਪ੍ਰਧਾਨ ਮੰਤਰੀ ਦਾ ਕੋਈ ਜਵਾਬ ਨਹੀਂ। ਉਹ ਅਪਡੇਟ ਰਹਿੰਦੇ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ। ਅਤੇ ਜਦੋਂ ਅਸੀਂ ਬੰਗਲਾਦੇਸ਼ ਦੀ ਗੱਲ ਕਰੀਏ, ਜੇ 47 ਤੋਂ ਪਹਿਲਾਂ ਚਲੇ ਜਾਈਏ ਤਾਂ ਇੱਕੋ ਹੀ ਸੀ ਇਹ ਖਿੱਤਾ ਸਾਰਾ, ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼। 47 ਦੇ ਵਿੱਚ ਇਹਦੇ ਦੋ ਹਿੱਸੇ ਹੋ ਗਏ, ਉਹ ਹੋਏ ਤਾਂ ਦੋ ਸੀ ਪਰ ਜ਼ਮੀਨੀ ਤੌਰ 'ਤੇ ਉਹ 3 ਸੀ। ਪਾਕਿਸਤਾਨ ਦੋ ਹਿੱਸਿਆਂ 'ਚ ਸੀ, ਇੱਕ ਜਿਹੜਾ ਪੰਜਾਬ ਦੇ ਨਾਲ ਲੱਗਦਾ ਸੀ ਅਤੇ ਦੂਸਰਾ ਜਿਹੜਾ ਸੀ ਬੰਗਾਲ ਦੇ ਨਾਲ ਲੱਗਦਾ ਸੀ, ਉਹ ਈਸਟ ਪਾਕਿਸਤਾਨ ਉਹਨੂੰ ਕਿਹਾ ਜਾਂਦਾ ਸੀ। ਬੰਗਲਾਦੇਸ਼ ਬੰਗਾਲ ਨੂੰ ਵੰਡ ਕੇ ਜਿਹੜਾ ਸੀ ਬੰਗਲਾਦੇਸ਼ ਉਹਨੂੰ ਪਾਕਿਸਤਾਨ ਹੀ ਕਿਹਾ ਜਾਂਦਾ ਸੀ, ਈਸਟ ਪਾਕਿਸਤਾਨ। ਅਤੇ ਉੱਥੇ ਉਦੋਂ ਤੋਂ ਹੀ ਅਵਾਮੀ ਲੀਗ ਜਿਹੜੀ ਸੀ, ਉਹਦਾ ਨਾਮ ਕੁਛ ਹੋਰ ਸੀ ਪਹਿਲਾਂ, ਅਤੇ ਬਾਅਦ ਵਿੱਚ ਉਹਨੂੰ ਅਵਾਮੀ ਲੀਗ ਕਰ ਦਿੱਤਾ ਗਿਆ। ਇੱਧਰਲੇ ਪਾਸੇ ਵਾਲੇ ਪਾਕਿਸਤਾਨ ਤੋਂ ਉਹਨਾਂ ਦਾ ਜਿਹੜਾ ਸੀਗਾ, ਕਿਉਂਕਿ ਜ਼ਮੀਨੀ ਤੌਰ 'ਤੇ ਜਿਹੜੀ ਦੂਰੀ ਸੀ ਉਹ ਕਾਫੀ ਸੀ, ਅਤੇ ਉੱਥੇ ਗਵਰਨ ਕਰਨਾ ਅਤੇ ਉੱਥੇ ਨਵਾਂ ਮੁਲਕ ਸੀ ਪਾਕਿਸਤਾਨ ਵੀ 47 ਦੇ ਵਿੱਚ, ਅਤੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਰਨਾ, ਉਹਨਾਂ ਲੋਕਾਂ ਦੀਆਂ ਮੁਸੀਬਤਾਂ ਨੂੰ ਦੇਖਣਾ ਅਤੇ ਉੱਥੇ ਸਾਰਾ ਕੁਛ ਚਲਾਉਣਾ ਪਾਕਿਸਤਾਨ ਲਈ ਮੁਸ਼ਕਿਲ ਸੀ। ਅਤੇ ਸ਼ੇਖ ਮੁਜੀਬੁਰ ਰਹਿਮਾਨ ਤੋਂ ਪਹਿਲਾਂ ਹੀ ਉਹਦੇ ਉੱਥੇ ਜਿਹੜਾ ਸੀਗਾ ਕੁਛ ਇੱਦਾਂ ਦੀ ਜਿਹੜੀ ਵਿਰੋਧ ਦੇ ਬੀਜ ਸੀਗੇ, ਬਗਾਵਤ ਦੇ ਬੀਜ ਸੀ, ਉਹ ਫੁੱਟ ਪਏ, ਅਤੇ ਉੱਥੇ ਫਿਰ 71 ਤੱਕ ਜਿਹੜੀ ਉਹ ਚੱਲਦਿਆਂ ਚੱਲਦਿਆਂ, ਹਾਲਾਂਕਿ ਉੱਥੇ ਬਹੁਤ ਸਮਾਂ ਯਹੀਆ ਖਾਨ ਦੇ ਟਾਈਮ ਦੇ ਵਿੱਚ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ, ਪਾਕਿਸਤਾਨ ਆਰਮੀ ਨੇ ਉੱਥੇ ਬਹੁਤ ਤਸ਼ੱਦਦ ਕੀਤਾ, ਲੋਕਾਂ ਨੂੰ ਜਿੰਨੇ ਕੁ ਤਰੀਕੇ ਦੇ ਨਾਲ ਉਹ ਕਰ ਸਕਦੇ ਸੀਗੇ ਕੋਸ਼ਿਸ਼ ਕਿ ਇਸ ਚੀਜ਼ ਨੂੰ ਦਬਾਈ ਰੱਖਿਆ ਜਾਵੇ, ਪਰ ਉਹ ਜਿਹੜਾ ਸੀਗਾ ਉਹ ਕਾਮਯਾਬ ਨਹੀਂ ਹੋਇਆ। ਅਤੇ ਉੱਥੇ ਮੁਕਤੀ ਵਾਹਿਨੀ ਨਾਂ ਦਾ ਇੱਕ ਸੰਗਠਨ ਬਣ ਗਿਆ ਸੀ, ਉਹ ਗੁਰੀਲਾ ਵਾਰ ਕਰਦੇ ਸੀ ਪਾਕਿਸਤਾਨ ਦੀ ਆਰਮੀ ਨਾਲ, ਲੜਦੇ ਸੀ ਅਤੇ ਆਜ਼ਾਦੀ ਚਾਹੁੰਦੇ ਸੀ, ਪਰ ਉਹਨਾਂ ਦੇ ਕਿਸੇ ਵੀ ਸੰਗਠਨ ਦਾ ਕਿਸੇ ਵੱਡੇ ਹਮਾਇਤ ਤੋਂ ਬਿਨਾਂ ਕਿਸੇ ਵੀ ਦੇਸ਼ ਦੀ ਆਰਮੀ ਨਾਲ ਲੜ ਜਾਣਾ ਸੌਖਾ ਨਹੀਂ ਹੁੰਦਾ। ਅਤੇ ਇੰਦਰਾ ਗਾਂਧੀ ਸਮੇਂ ਦੇ ਭਾਰਤ ਦੇ ਮੁੱਖ ਪ੍ਰਧਾਨ ਮੰਤਰੀ ਸੀ, ਅਤੇ ਉਹਨਾਂ ਦੀ ਸਿਆਸਤ ਦੇ ਵਿੱਚ ਇਹ ਗੱਲ ਸੀ ਉਹਨਾਂ ਨੂੰ ਕਿ ਇਸ ਚੀਜ਼ ਨੂੰ ਜਿਹੜੇ ਮੈਂ ਜੇ ਅਸੀਂ ਆਜ਼ਾਦ ਕਰਾ ਦਈਏ ਇਹ ਵੱਖਰਾ ਮੁਲਕ ਬਣ ਜਾਏ ਅਤੇ ਪਾਕਿਸਤਾਨ ਨੂੰ ਕਮਜ਼ੋਰ ਕਰਨ ਦੀ ਸਾਜਿਸ਼ ਦੇ ਤੌਰ 'ਤੇ ਵੀ ਉਹਨੂੰ ਦੇਖਿਆ ਜਾ ਸਕਦਾ। ਅਤੇ ਜਿਸ ਦਿਨ ਉਹਨਾਂ ਦੀ ਮੁਕਤੀ ਵਾਹਿਨੀ ਨੇ ਫਿਰ ਭਾਰਤ ਦੀ ਫੌਜ ਨੇ ਉੱਥੇ ਵੱਡਾ ਰੋਲ ਨਿਭਾਇਆ। ਜੇ ਮੈਂ ਗੱਲ ਕਰਾਂ, ਮੇਜਰ ਜਨਰਲ ਸ਼ੁਭੇਗ ਸਿੰਘ ਸੀ ਉੱਥੇ ਮੁਕਤੀ ਵਾਹਿਨੀ ਦੇ ਵਿੱਚ ਹੀ ਭਾਰਤੀ ਫੌਜ ਦੇ ਤੌਰ 'ਤੇ, ਅਤੇ ਇਹਨਾਂ ਨੇ ਬਹੁਤ ਜੱਦੋਜਹਿਦ ਕੀਤੀ ਆ ਉੱਥੇ ਬੰਗਲਾਦੇਸ਼ ਨੂੰ ਆਜ਼ਾਦ ਕਰਾਉਣ ਲਈ। ਉਸ ਤੋਂ ਬਾਅਦ ਜਿਹੜੇ ਜਦੋਂ ਬੰਗਲਾਦੇਸ਼ ਆਜ਼ਾਦ ਹੋਇਆ ਅਤੇ ਹਿੰਦੁਸਤਾਨ ਦੀ ਨਹੀਂ ਦੁਨੀਆ ਦੀ ਮਿਲਟਰੀ ਦੀ ਸਭ ਤੋਂ ਵੱਡੀ ਘਟਨਾ ਉੱਥੇ ਘਟਦੀ ਆ, ਦਸੰਬਰ 1971 ਦੇ ਵਿੱਚ ਪਾਕਿਸਤਾਨ ਦੀ ਆਰਮੀ ਦੇ ਜਨਰਲ ਸੀ AK ਨਿਆਜ਼ੀ, ਜਿਹੜੇ ਉੱਥੇ ਪੋਸਟਡ ਸੀ, ਜਿਨ੍ਹਾਂ ਦਾ ਉੱਥੇ ਕੰਮ ਸੀਗਾ ਸਾਰਾ, ਉਹਨਾਂ ਨੂੰ ਸ਼ੁਭੇਗ ਸਿੰਘ ਅਤੇ ਇੱਕ ਨਾਲ ਇਹਨਾਂ ਦੇ ਹੋਰ ਸੀ ਅਫਸਰ, ਇੱਕ ਦੋ ਜਨਰਲ ਅਰੋੜਾ ਸੀ, ਉਹਨਾਂ ਨੇ ਦੁਨੀਆ ਦੀ ਆਰਮੀ ਹਿਸਟਰੀ ਦਾ ਸਭ ਤੋਂ ਵੱਡਾ ਸਰੰਡਰ ਬੰਗਲਾਦੇਸ਼ ਦੇ ਵਿੱਚ ਹੋਇਆ। 90,000 ਤੋਂ ਵੱਧ ਫੌਜੀਆਂ ਸਮੇਤ ਜਦੋਂ ਜਨਰਲ ਨਿਆਜ਼ੀ ਨੇ ਸਾਈਨ ਕੀਤੇ ਆ ਅਰੋੜਾ ਅਤੇ ਸ਼ੁਭੇਗ ਸਿੰਘ ਦੇ ਸਾਹਮਣੇ, ਉਸ ਟ੍ਰੀਟੀ ਨੂੰ ਸਾਈਨ ਕੀਤਾ ਗਿਆ ਬੰਗਲਾਦੇਸ਼ ਦੇ ਵਿੱਚ ਕਿ ਅਸੀਂ ਜਿਹੜੇ ਹਥਿਆਰ ਸਿੱਟਦੇ ਹਾਂ ਅਤੇ ਬੰਗਲਾਦੇਸ਼ ਇੱਕ ਨਵਾਂ ਮੁਲਕ ਬਣਦਾ, ਉੱਥੇ ਉਹਨਾਂ ਦਾ ਪਿਸਤੌਲ ਉਹਨਾਂ ਤੋਂ ਲਿਆ ਜਾਂਦਾ, ਇੱਕ ਫੌਜੀ ਦੇ ਲਈ ਸਰੰਡਰ ਕਰਨਾ ਜਿਹੜਾ ਆ ਉਹ ਬੜੀ ਵੱਡੀ ਘਟਨਾ ਹੁੰਦੀ ਹੈ। ਅਤੇ ਬੰਗਲਾਦੇਸ਼ੀ ਉਦੋਂ ਬਹੁਤ ਧੰਨਵਾਦ ਕਰਦੇ ਸੀ ਭਾਰਤ ਦਾ, ਅਤੇ ਬਹੁਤ ਲੰਬਾ ਸਮਾਂ ਭਾਰਤ ਨਾਲ ਜਿਹੜੇ ਸੰਬੰਧ ਆ ਉਹ ਸੁਖਾਵੇਂ ਵੀ ਰਹੇ ਆ। ਹਾਲਾਂਕਿ ਕਿਤੇ ਨਾ ਕਿਤੇ ਇਸ ਗੱਲ ਦਾ ਰੌਲਾ ਵੀ ਪੈਂਦਾ ਰਿਹਾ ਕਿ ਬੰਗਲਾਦੇਸ਼ੀ ਜਿਹੜੇ ਆ ਬਹੁਤ ਸਾਰੇ ਇਨਫਲੇਟ ਕਰਕੇ ਹਿੰਦੁਸਤਾਨ ਦੇ ਵਿੱਚ ਇਨਫਲਟਰੇਸ਼ਨ ਜਿਹੜੀ ਆ ਹੋ ਜਾਂਦੀ, ਉਹਨਾਂ ਦਾ ਦਖਲ ਆ ਜਾਂਦੀ, ਇੱਧਰ ਆ ਜਾਂਦੇ ਆ, ਉਹ ਫਿਰ ਬੰਗਲਾਦੇਸ਼ 'ਚ ਆਉਂਦੇ ਆ, ਆਸਾਮ 'ਚ ਆਉਂਦੇ ਆ, ਅਤੇ ਸਾਰੇ ਮੁਲਕ ਦੇ ਵਿੱਚ ਉਹ ਜਿਹੜੇ ਆ ਚਲੇ ਜਾਂਦੇ ਆ ਅਤੇ ਘੁੰਮਦੇ ਆ। CAA ਜਿਹੜਾ ਇੱਕ ਇਹਨਾਂ ਨੇ ਕਾਨੂੰਨ ਬਣਾਇਆ ਭਾਰਤ ਸਰਕਾਰ ਨੇ, ਉਹਦਾ ਵੀ ਮੂਲ ਜਿਹੜਾ ਇਹੀ ਸੀਗਾ ਕਿ ਜਿਹੜੇ ਬਾਹਰਲੇ ਲੋਕ ਹਿੰਦੁਸਤਾਨ 'ਚ ਆਉਂਦੇ ਆ ਉਹਨਾਂ ਦੀ ਰੋਕਥਾਮ ਜਿਹੜੀ ਉਹ ਕਰਨੀ ਆ। ਅਤੇ ਇੱਕ ਸਮੇਂ 'ਤੇ ਇਹ ਵੀ ਰੌਲਾ ਸੀਗਾ ਕਿ 1 ਕਰੋੜ ਤੋਂ ਜ਼ਿਆਦਾ ਬੰਗਲਾਦੇਸ਼ੀ ਜਿਹੜੇ ਆ ਉਹ ਹਿੰਦੁਸਤਾਨ 'ਚ ਰਹਿ ਰਹੇ ਆ। ਜੇ ਅਸੀਂ ਬੰਗਲਾਦੇਸ਼ ਅਤੇ ਭਾਰਤ ਦੇ ਸੰਬੰਧਾਂ ਦੀ ਗੱਲ ਕਰੀਏ ਤਾਂ 50 ਤੋਂ ਜ਼ਿਆਦਾ ਨਦੀਆਂ ਜਿਹੜੀਆਂ ਉਹ ਸਾਂਝੀਆਂ ਆ, ਕ੍ਰਿਸ ਕ੍ਰੋਸ ਕਰਦੀਆਂ। ਜਦੋਂ ਇਹਨਾਂ ਦੋਨਾਂ ਮੁਲਕਾਂ ਦੀ ਵੰਡ ਹੋਈ ਆ 47 ਦੇ ਵਿੱਚ, ਉਦੋਂ ਜਿਹੜੀ ਉਹ ਵੰਡ ਦੀ ਲਕੀਰ ਆ ਉਹ ਵੀ ਸਾਫ਼ ਨਹੀਂ ਸੀ। ਹਾਲੇ ਤੱਕ ਵੀ ਕਈ ਪਿੰਡਾਂ ਦਾ ਰੌਲਾ ਆ ਕਿ ਉਹਨਾਂ ਦੇ ਜਿਹੜੇ ਉੱਥੇ ਜਿਹੜੀ ਮਾਲਕੀਅਤ ਆ ਉਹ ਭਾਰਤ ਦੀ ਆ ਕਿ ਬੰਗਲਾਦੇਸ਼ ਦੀ ਆ। ਬੰਗਲਾਦੇਸ਼ ਦੀ ਜੇ ਕਰੰਸੀ ਦੀ ਗੱਲ ਕਰੀਏ ਤਾਂ ਟਕਾ ਆ, ਅਤੇ ਪਿਛਲੇ ਸਮੇਂ ਦੇ ਵਿੱਚ ਇਹ ਗੱਲ ਸਾਹਮਣੇ ਆਈ ਆ ਕਿ ਉਹਨਾਂ ਦੀ ਜਿਹੜੀ ਇਕਾਨਮੀ ਆ, ਜਿਹੜਾ ਟਕੇ ਦਾ ਰੇਟ ਆ, ਉਹ ਇੰਡੀਆ ਦੇ ਰੁਪਈਏ ਨਾਲੋਂ ਚੰਗਾ ਆ।
ਆਬਾਦੀ ਦੀ ਗੱਲ ਕਰੀਏ ਅਤੇ ਦੂਜੀ ਜੇ ਆਪਾਂ ਉਹਨਾਂ ਦੀ ਜੀਓਗ੍ਰਾਫਿਕਲ ਜਗ੍ਹਾ ਦੀ ਗੱਲ ਕਰੀਏ, 54,000 ਕਿਲੋਮੀਟਰ ਸਕੇਅਰ ਦਾ ਉਹਨਾਂ ਕੋਲ ਦੇਸ਼ ਆ ਅਤੇ 17 ਕਰੋੜ ਦੀ ਆਬਾਦੀ ਆ। ਅਤੇ ਇਸ ਆਬਾਦੀ ਦੇ ਨਾਲ ਜਦੋਂ ਅਸੀਂ ਉਹਨਾਂ ਦੀ ਜਗ੍ਹਾ ਦੀ ਕੈਲਕੂਲੇਸ਼ਨ ਕਰਦੇ ਹਾਂ ਅਤੇ ਬਹੁਤ ਸੰਘਣੀ ਆਬਾਦੀ ਵਾਲੇ ਦੇਸ਼ਾਂ ਦੇ ਵਿੱਚ ਸ਼ਾਮਿਲ ਆ ਬੰਗਲਾਦੇਸ਼ ਜੀ। ਅਤੇ ਹੁਣ ਉਹਨਾਂ ਦੀ ਆਜ਼ਾਦੀ ਦੇ 50 ਸਾਲ ਬਾਅਦ ਸਾਡੇ ਪ੍ਰਧਾਨ ਮੰਤਰੀ ਦਾ ਉੱਥੇ ਜਾਣਾ ਇੱਕ ਚੰਗੀ ਗੱਲ ਆ। ਉਹਦੀ ਚੰਗੀ ਗੱਲ ਕਹਿਣ ਦਾ ਮੇਰਾ ਮਤਲਬ ਇਸ ਗੱਲ ਦਾ ਹੈ ਕਿ ਅਸੀਂ ਅਕਸਰ ਪੰਜਾਬੀ 'ਚ ਇੱਕ ਕਹਾਵਤ ਦੀ ਗੱਲ ਕਰਦੇ ਹਾਂ ਕਿ ਕੁੜਮ ਕਪੱਤੇ ਨਾਲ ਤਾਂ ਕੱਟ ਸਕਦੇ ਹਾਂ, ਗਵਾਂਢ ਕਪੱਤੇ ਨਾਲ ਕੱਟਣੀ ਔਖੀ ਹੈ। ਉਹਦਾ ਮਸਲਾ ਇਹ ਸੀਗਾ ਜਿਹੜੇ ਕੁੜਮ ਆ ਤੁਹਾਡਾ, ਉਹਨੇ ਤਾਂ ਤੁਹਾਡਾ ਰਿਸ਼ਤੇਦਾਰ ਆ, ਉਹਦੇ ਨਾਲ ਤੁਹਾਡੀ ਕਦੇ ਕਦੇ ਹੀ ਮੁਲਾਕਾਤ ਹੋਣੀ ਹੈ, ਅਤੇ ਗਵਾਂਢ ਨਾਲ ਤੁਸੀਂ ਤੁਹਾਡੀ ਕੰਧ ਸਾਂਝੀ ਆ ਅਤੇ ਤੁਸੀਂ ਰੋਜ਼ ਮਿਲਣਾ ਵਰਤਣਾ। ਚੀਨ ਦੀ ਗੱਲ ਕਰੀਏ, ਨੇਪਾਲ ਦੀ ਗੱਲ ਕਰੀਏ, ਪਾਕਿਸਤਾਨ ਦੀ ਗੱਲ ਕਰੀਏ, ਮਿਆਂਮਾਰ ਦੀ ਗੱਲ ਕਰੀਏ, ਬੰਗਲਾਦੇਸ਼ ਦੀ ਗੱਲ ਕਰੀਏ, ਅਤੇ ਸਾਡੇ ਜਿਹੜੇ ਸੰਬੰਧ ਆ ਗਵਾਂਢੀ ਦੇਸ਼ਾਂ ਨਾਲ ਬਹੁਤੇ ਚੰਗੇ ਦਿਖਦੇ ਨਹੀਂ, ਬੀਤੇ ਸਮੇਂ ਦੇ ਵਿੱਚ ਵੀ ਅਤੇ ਹੁਣ ਵੀ। ਅਤੇ ਜੇ ਉਹਨਾਂ ਦੇ ਉੱਥੇ 50ਵੇਂ ਵਰ੍ਹੇਗੰਢ ਦੇ ਉੱਤੇ ਜਾਂਦੇ ਆ, ਜੇ ਇਹਨਾਂ ਦੇ ਆਪਸੀ ਸੰਬੰਧ ਕੁਝ ਚੰਗੇ ਹੁੰਦੇ ਆ ਤਾਂ ਬਹੁਤ ਵਧੀਆ ਗੱਲ ਆ। ਹਾਲਾਂਕਿ ਇਸ ਦੇ ਬਹੁਤੇ ਆਸਾਰ ਨਜ਼ਰ ਨਹੀਂ ਆਉਂਦੇ। ਅਤੇ ਪ੍ਰਧਾਨ ਮੰਤਰੀ ਨੇ ਉੱਥੇ ਜਾ ਕੇ ਜਿਹੜੀ ਇੱਕ ਭਾਸ਼ਣ ਦੇ ਵਿੱਚ ਗੱਲ ਕੀਤੀ ਆ ਕਿ ਮੈਂ 22 ਸਾਲ ਦਾ ਸੀ ਅਤੇ ਮੈਂ ਬੰਗਲਾਦੇਸ਼ ਦੀ ਆਜ਼ਾਦੀ ਲਈ ਸੱਤਿਆਗ੍ਰਹਿ ਦਾ ਹਿੱਸਾ ਬਣਿਆ ਸੀ। ਉਹਦੇ ਲਈ ਬਹੁਤ ਸਾਰੀਆਂ ਗੱਲਾਂ ਜਿਹਦੇ 'ਚ ਟਵੀਟ ਵੀ ਹੋ ਰਹੇ ਆ ਅਤੇ ਬਹੁਤ ਸਾਰੇ ਟ੍ਰੋਲ ਵੀ ਹੋ ਰਹੇ ਆ ਕਿ ਇਹਨਾਂ ਨੇ ਪਤਾ ਨਹੀਂ ਕੀ ਕੀਤਾ ਸੀ ਅਤੇ ਕਿੱਥੇ ਕੀਤਾ ਸੀ, ਕਿਉਂਕਿ ਟਰੰਪ ਤੋਂ ਬਾਅਦ ਵੱਡੇ ਤੌਰ 'ਤੇ ਝੂਠਾ ਭਾਸ਼ਣ ਦੇਣ ਵਾਲੇ ਪ੍ਰਧਾਨ ਮੰਤਰੀ ਬਣ ਜਾਂਦੇ ਨੇ। ਉਹਨਾਂ ਟਰੰਪ ਵੀ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਹੁੰਦੇ ਹੋਏ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਕਰਦੇ ਰਹੇ ਜਿਨ੍ਹਾਂ ਦਾ ਕੋਈ ਇਤਿਹਾਸਕ ਜੋੜਮੇਲ ਨਹੀਂ ਹੁੰਦਾ ਸੀ। ਅਤੇ ਪ੍ਰਧਾਨ ਮੰਤਰੀ ਭਾਰਤ ਦੇ ਵੀ, ਮੈਂ ਪਹਿਲਾਂ ਵੀ ਦੱਸਿਆ ਕਿ ਬੋਲਣ ਦੇ ਵਿੱਚ ਬਹੁਤ ਮਹਾਰਤ ਰੱਖਦੇ ਨੇ, ਡਰੈਸਿੰਗ ਸੈਂਸ ਦਾ ਬਹੁਤ ਖਿਆਲ ਰੱਖਦੇ ਨੇ, ਕਿੱਥੇ ਜਾਣਾ ਹੈ, ਕੀ ਕਰਨਾ ਹੈ, ਕਿਵੇਂ ਕਰਨਾ ਹੈ, ਪਰ ਜਦੋਂ ਉਹ ਬੋਲਦੇ ਨੇ ਬਹੁਤ ਸਾਰੀਆਂ ਬੇਤੁਕੀਆਂ ਗੱਲਾਂ ਅਤੇ ਫਿਰ ਉਹਦੇ ਤੋਂ ਜਿਹੜੀ ਬਹੁਤ ਸਾਰੀਆਂ ਚੀਜ਼ਾਂ ਉਹ ਸਾਹਮਣੇ ਆਉਂਦੀਆਂ ਨੇ। ਅਸੀਂ ਅਕਸਰ ਕਹਿੰਦੇ ਹਾਂ ਕਿ ਘੱਟ ਖਾਧੇ ਅਤੇ ਘੱਟ ਬੋਲੇ ਦਾ ਨੁਕਸਾਨ ਨਹੀਂ ਹੁੰਦਾ। ਅਤੇ ਜਦੋਂ ਤੁਸੀਂ ਕੁਝ ਇੱਕ ਵੱਡੇ ਦੇਸ਼ ਦੇ ਮੁਖੀਆ ਹੋ, ਕਿਸੇ ਦੂਜੇ ਦੇਸ਼ ਵਿੱਚ ਗਏ ਹੋ ਸਕਦਾ ਇਹਨਾਂ ਨੇ ਕਿਸੇ ਅੰਦੋਲਨ ਦੀ ਵਿੱਚ ਸ਼ਿਰਕਤ ਕੀਤੀ ਹੋਵੇ, ਪਰ ਮੇਰੀ ਸਮਝ ਦੇ ਵਿੱਚ ਮੈਂ 2-3 ਕਿਤਾਬਾਂ ਦਾ ਜ਼ਿਕਰ ਕੀਤਾ ਸੀ ਅੱਜ, ਦੇਖੀਆਂ ਸੀਗੀਆਂ ਜਿਹੜੀਆਂ ਪ੍ਰਧਾਨ ਮੰਤਰੀ ਦੀ ਜੀਵਨੀ 'ਤੇ ਲਿਖੀਆਂ ਹੋਈਆਂ ਨੇ, 2 ਤਾਂ ਗੁਜਰਾਤ ਦੇ ਲੇਖਕ ਨੇ, ਇੱਕ ਕੋਈ ਹੋਰ ਹੈ, ਉਹਨਾਂ ਦੋਨਾਂ ਦੇ ਵਿੱਚ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕਿਤੇ ਨਹੀਂ ਕੀਤਾ। ਅਧਿਕਾਰਕ ਜਿਹੜਾ ਤੁਹਾਡੀ ਜੀਵਨੀ ਲਿਖਦਾ, ਜਿਹਨੂੰ ਤੁਸੀਂ ਅਥਰਾਈਜ਼ ਕੀਤਾ ਹੋਇਆ ਕਿ ਇਹ ਬੰਦਾ ਮੇਰੀ ਜੀਵਨੀ ਲਿਖੇਗਾ, ਉਸ ਕਿਤਾਬ ਦੇ ਵਿੱਚ ਤੁਹਾਡਾ ਕਿਤੇ ਕੋਈ ਜ਼ਿਕਰ ਨਹੀਂ ਹੈ ਕਿ ਤੁਸੀਂ ਕਿਤੇ ਇਸ ਅੰਦੋਲਨ 'ਚ ਗਏ ਸੀ ਅਤੇ ਤੁਸੀਂ ਉੱਥੇ ਫੜੇ ਗਏ ਸੀ ਅਤੇ ਤੁਸੀਂ ਜੇਲ੍ਹ ਯਾਤਰਾ ਕੀਤੀ ਸੀ। ਫਿਰ ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹ ਬੋਲਣ ਦੇ ਨਾਲ ਤੁਸੀਂ ਆਪਣੇ ਆਪ ਨੂੰ ਵਡਿਆਉਣ ਦੀ ਗੱਲ ਹੀ ਆ। ਗੱਲ ਤਾਂ ਦੋਨਾਂ ਮੁਲਕਾਂ ਦੇ ਸੰਬੰਧਾਂ ਦੀ ਆ, CAA ਨੂੰ ਲੈ ਕੇ ਉੱਥੇ ਕੀ ਹੋ ਰਿਹਾ ਅਤੇ ਕੀ ਨਹੀਂ ਹੋ ਰਿਹਾ, ਜੋ ਸਮਾਂ ਆ ਅੱਜ ਦਾ ਕੋਰੋਨਾ ਦੇ ਕਾਲ ਦੇ ਵਿੱਚ ਤੁਸੀਂ ਉਹਨਾਂ ਦੀ ਕਿੰਨੀ ਮਦਦ ਕਰ ਸਕਦੇ ਜਾਂ ਉਹ ਤੁਹਾਡੇ ਲਈ ਕੀ ਕਰ ਸਕਦੇ ਨੇ, ਜਾਂ ਫਿਰ ਜਿੱਦਾਂ ਮੈਂ ਦੱਸਿਆ ਕਿ ਵਾਟਰ ਟ੍ਰੀਟੀ ਜਿਹੜੀ ਆ ਬੰਗਲਾਦੇਸ਼ ਨਾਲ ਅਕਸਰ ਕਿਤੇ ਨਾ ਕਿਤੇ ਉਹਦੇ ਵਿੱਚ ਰਹਿੰਦੀ ਆ ਚਰਚਾ ਦੇ ਵਿੱਚ, ਪਾਣੀ ਦਾ ਜਿਹੜੇ ਸਾਡੇ ਆਪਸ 'ਚ ਉਹਨਾਂ ਨਾਲ ਸੰਬੰਧ, ਜਿੱਦਾਂ ਮੈਂ ਦੱਸਿਆ ਕਿ 50 ਤੋਂ ਜ਼ਿਆਦਾ ਨਦੀਆਂ ਜਿਹੜੀਆਂ ਉਹ ਕ੍ਰਿਸ ਕ੍ਰੋਸ ਕਰਦੀਆਂ ਆ ਬਾਰਡਰ ਨੂੰ, ਅਤੇ ਹੋਰ ਵੀ ਬਹੁਤ ਸਾਰੇ ਜਿਹੜੇ ਮੁੱਦੇ ਨੇ ਉੱਥੇ ਜਿਹੜੇ ਬੰਗਲਾਦੇਸ਼ ਦੇ ਨਾਲ ਭਾਰਤ ਦੇ ਨਾਲ ਸਾਂਝੇ ਨੇ, ਸੁਲਝਾਏ ਜਾ ਸਕਦੇ ਨੇ। ਜ਼ਰੂਰੀ ਨਹੀਂ ਆ ਕਿ ਤੁਸੀਂ ਉੱਥੇ ਜਾ ਕੇ ਆਪਣਾ ਵੜੱਪਣ ਦੱਸਣਾ ਹੈ ਕਿ ਮੈਂ ਕੀ ਕੀਤਾ ਸੀ ਅਤੇ ਕਿੱਦਾਂ ਕੀਤਾ। ਸਵਲੀਨ ਜੀ, ਅਸੀਂ ਭਾਰਤ ਅਤੇ ਬੰਗਲਾਦੇਸ਼ ਦੀ ਗੱਲ ਕਰੀਏ ਅਤੇ ਮੈਂ ਪਹਿਲਾਂ ਵੀ ਦੱਸਿਆ ਕਿ ਇਹ ਇੱਕ ਸਮੇਂ ਤੋਂ ਪਹਿਲਾਂ 70 ਸਾਲ ਪਿੱਛੇ ਜੇ ਅਸੀਂ ਚਲੇ ਜਾਈਏ, 75 ਸਾਲ 1947 ਤੋਂ ਪਹਿਲਾਂ ਇੱਕ ਹੀ ਖਿੱਤਾ ਸੀ, ਬੰਗਾਲ ਨੂੰ ਵੰਡ ਕੇ ਬੰਗਲਾਦੇਸ਼ ਜਿਹੜਾ ਸੀ ਉਹ ਬਣਿਆ ਸੀ, ਅਤੇ ਇਹ ਇੱਕੋ ਹੀ ਈਸਟ ਪਾਕਿਸਤਾਨ ਸੀ, 1971 'ਚ ਬੰਗਲਾਦੇਸ਼ ਬਣ ਗਿਆ। ਜਿਹੜੀ ਸਾਡੇ ਰਿਚੁਅਲਸ ਨੇ, ਸਾਡੇ ਕਲਚਰ ਨੇ, ਸਾਡਾ ਸੰਬੰਧ ਨੇ, ਸਾਡੇ ਲੋਕ ਨੇ, ਉਹ ਇੱਕੋ ਹੀ ਨੇ। ਕਾਟਨ ਦਾ ਬਹੁਤ ਵੱਡਾ ਕੰਮ ਹੁੰਦਾ ਹੈ ਉੱਥੇ ਬੰਗਲਾਦੇਸ਼ ਦੇ ਵਿੱਚ, ਗਰੀਬੀ ਵੀ ਕਾਫੀ ਹੱਦ ਤੱਕ ਹੈ, ਲੋਕ ਜਿਹੜੇ ਨੇ ਉਹ 90% ਤੋਂ ਜ਼ਿਆਦਾ, 98% ਤੋਂ ਜ਼ਿਆਦਾ ਹੀ ਬੰਗਾਲੀ ਨੇ। ਜੇ ਅਸੀਂ ਧਾਰਮਿਕ ਗੱਲ ਕਰੀਏ ਤਾਂ 90% ਤੋਂ ਜ਼ਿਆਦਾ ਮੁਸਲਿਮ ਨੇ, 8% ਲੋਕ ਜਿਹੜੇ ਆ ਉਹ ਹਿੰਦੂ ਨੇ, ਅਤੇ ਬਾਕੀ ਬੋਧੀ ਅਤੇ ਕ੍ਰਾਈਸਟ ਨੇ। ਬਹੁਤ ਹੀ ਭਾਰਤ ਦਾ ਹੀ ਇੱਕ ਹਿੱਸਾ ਸੀ, ਉਹ ਸਮੇਂ ਦੇ ਨਾਲ ਕੱਟਿਆ ਜ਼ਰੂਰ ਗਿਆ, ਅਤੇ ਜਿਹੜੇ ਸਾਡੇ ਸੰਬੰਧ ਦੇਸ਼ਾਂ ਦੇ ਨਾਲ ਆਪਸ ਦੇ ਵਿੱਚ ਆਂਢੀ ਗੁਆਂਢੀਆਂ ਨਾਲ ਚੰਗੇ ਹੁੰਦੇ ਤੇ ਨੇ, ਬਹੁਤ ਚੰਗੀ ਗੱਲ ਆ। ਉਹਦੇ ਨਾਲ ਵਰਲਡ ਦੇ ਵਿੱਚ ਜਿਹੜਾ ਸਾਡਾ ਸਾਊਥ ਏਸ਼ੀਆ, ਜਿਹੜਾ ਦੱਖਣੀ ਏਸ਼ੀਆ ਵਾਲਾ ਇਲਾਕਾ ਆ, ਜੇ ਉੱਥੇ ਸ਼ਾਂਤੀ ਰਹਿੰਦੀ ਆ ਤਾਂ ਉਹ ਬਹੁਤ ਜ਼ਰੂਰੀ ਆ ਜੀ। ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਹੁਣ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ, ਜਲਦ ਹਾਜ਼ਰ ਹੁੰਦੇ ਹਾਂ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਅਗਲੇ ਮੁੱਦੇ ਦੀ ਗੱਲ ਕਰਦੇ ਹਾਂ, ਮੁਖਤਾਰ ਅੰਸਾਰੀ ਦੀ ਗੱਲ ਕਰ ਲੈਂਦੇ ਹਾਂ, ਜਿਸ ਨੂੰ ਲੈ ਕੇ ਸੁਪਰੀਮ ਕੋਰਟ ਨੇ ਇੱਕ ਵੱਡਾ ਫੈਸਲਾ ਸੁਣਾਇਆ ਆ, ਕੀ ਆ ਪੂਰਾ ਮਾਮਲਾ? ਦੇਖੋ ਜੀ, ਇੱਥੇ ਸੁਪਰੀਮ ਕੋਰਟ ਜਿਹੜੀ ਆ ਉਹਦੇ ਲਈ ਜਿਹੜੇ ਫੈਸਲੇ ਸੁਣਾਉਣੇ ਆ ਬਹੁਤ ਹੀ ਇੱਕ ਚੱਕਰ ਬਣਿਆ ਰਹਿੰਦਾ ਜੀ। ਰੋਜ਼ ਹੀ ਇੰਨੇ ਮਸਲੇ ਦਾਖਲ ਹੁੰਦੇ ਆ, ਇੱਦਾਂ ਲੱਗਦਾ ਕਿ ਹਿੰਦੁਸਤਾਨ ਦੇ ਵਿੱਚ ਇੱਕ ਸੁਪਰੀਮ ਕੋਰਟ ਹੀ ਕੰਮ ਕਰਦੀ ਆ, ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਕੰਮ ਖਰਾਬ ਕਰਨ ਵਾਲੀਆਂ ਹੀ ਆ। ਰੋਜ਼ ਹੀ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਫੈਸਲੇ ਆਉਂਦੇ ਨੇ।
ਅਸੀਂ ਬੀਤੇ ਦਿਨ ਗੱਲ ਕੀਤੀ ਆ ਕਿ ਸੁਪਰੀਮ ਕੋਰਟ ਦੇ ਵਿੱਚ ਚੀਫ ਜਸਟਿਸ ਨਵੇਂ ਆ ਰਹੇ। ਅੱਜ ਦੀ ਜੇ ਅਸੀਂ ਗੱਲ ਕਰੀਏ, ਹਾਲਾਂਕਿ ਅਸੀਂ ਉਸ ਮੁੱਦੇ ਦੀ ਗੱਲ ਨਹੀਂ ਕਰਨੀ, ਪਰ ਸੁਪਰੀਮ ਕੋਰਟ ਨੇ ਉਹ ਵੀ ਜਿਹੜਾ ਇੱਕ ਵੱਡਾ ਫੈਸਲਾ ਸੁਣਾਇਆ ਟਾਟਾ ਸੰਸ ਦਾ ਅਤੇ ਮਿਸਤਰੀ ਸੰਸ ਦਾ, ਜਿਹੜਾ ਆਪਸ ਦੇ ਵਿੱਚ ਇੱਕ ਰੇੜਕਾ ਸੀ ਉਹਨੂੰ ਸੁਲਝਾਉਂਦਿਆਂ ਹੋਇਆਂ ਮਿਸਤਰੀ ਸਾਇਰਸ ਮਿਸਤਰੀ ਨੂੰ ਉਹਦੇ ਵਿੱਚੋਂ ਬਾਹਰ ਕੀਤਾ ਹੈਗਾ ਉਹਦੇ 'ਚੋਂ, ਅਤੇ ਇਹ ਵੀ ਕਿਹਾ ਕਿ ਜਿਹੜੇ ਤੁਹਾਡੇ ਸ਼ੇਅਰ ਆ ਉਹਨਾਂ ਦੀ ਜਿਹੜੀ ਕੀਮਤ ਵਗੈਰਾ ਹੈਗੀ ਉਹ ਤੁਸੀਂ ਟਾਟਾਸ ਦੇ ਨਾਲ ਸੈੱਟ ਕਰ ਲਓ ਬੈਠ ਕੇ, ਜਾਂ ਫਿਰ ਤੁਸੀਂ ਉਹਦੇ 'ਚ ਵੱਖਰਾ ਇੱਕ ਹੋਰ ਕੇਸ ਕਰ ਦਿਓ, ਪਰ ਤੁਸੀਂ ਟਾਟਾ ਸੰਸ ਦੇ ਉੱਤੇ ਜਿਹੜੀ ਟਾਟਾ ਇੰਡਸਟਰੀ ਆ, ਜਿਹੜਾ ਟਾਟਾ ਗਰੁੱਪ ਆ, ਉਹਦੇ 'ਚ ਤੁਸੀਂ ਮੁਖੀ ਹੁਣ ਨਹੀਂ ਹੈਗੇ, ਅਤੇ ਉਹ ਜਿਹੜਾ ਬੋਰਡ ਆਫ ਡਾਇਰੈਕਟਰ ਦਾ ਜਿਹੜਾ ਫੈਸਲਾ ਆ ਉਹ ਸਹੀ ਰਹੂਗਾ ਜੀ। ਹੁਣ ਜਦੋਂ ਤੁਸੀਂ ਗੱਲ ਕੀਤੀ ਆ ਮੁਖਤਿਆਰ ਅੰਸਾਰੀ ਵਾਲੀ, ਅਸੀਂ ਸੁਪਰੀਮ ਕੋਰਟ 'ਤੇ ਚਲੇ ਗਏ ਸੀ। ਮੁਖਤਿਆਰ ਅੰਸਾਰੀ ਇੰਨੇ ਇੱਕ ਬਹੁਤ ਵੱਡੇ ਬਾਹੂਬਲੀ ਤੋਂ ਲੀਡਰ ਬਣੇ ਹੋਏ ਬੰਦੇ ਦੀ ਕਹਾਣੀ ਆ। ਜੇ ਅਸੀਂ ਮੁਖਤਾਰ ਅੰਸਾਰੀ ਦੀ ਗੱਲ ਕਰੀਏ ਤਾਂ ਯੂਪੀ ਦੇ ਮਊ ਵਾਰਾਣਸੀ ਵਾਲੇ ਇਲਾਕੇ ਤੋਂ ਨੇ ਉਹ। ਬਹੁਤ ਲੰਬਾ ਸਮਾਂ ਉਹ MLA ਰਹੇ ਨੇ, 5 ਵਾਰ ਲਗਾਤਾਰ ਮਊ ਤੋਂ MLA ਰਹੇ ਨੇ ਜੀ, ਅਤੇ ਬਹੁਤ ਵੱਡੇ ਗੈਂਗਸਟਰ ਸੀ ਉਹ। ਜਦੋਂ ਉਹਨਾਂ ਦਾ ਉਥਾਨ ਹੋਇਆ 95 ਦੇ ਵਿੱਚ, 52 ਸਾਲ ਦੀ ਉਹਨਾਂ ਦੀ ਉਮਰ ਆ, 1963 ਦਾ ਉਹਨਾਂ ਦਾ ਜਨਮ ਆ, 58 ਸਾਲ ਦੀ ਉਮਰ ਆ, ਅਤੇ 5 ਵਾਰ ਉਹ MLA ਰਹੇ ਨੇ, ਯਾਨੀ ਕਿ 20 ਸਾਲ 25 ਸਾਲ ਤੋਂ ਤਾਂ ਉਹ MLA ਹੀ ਨੇ। 57 ਸਾਲ ਦੀ ਉਮਰ ਹੈ, ਇਟ ਮੀਨਸ ਉਹ 25-30 ਸਾਲ ਦੀ ਉਮਰ ਦੇ ਵਿੱਚ ਹੀ ਉਹ ਦੇਖੀ ਆ। ਅਤੇ ਮੁਖਤਾਰ ਅੰਸਾਰੀ ਨੂੰ ਇਹਨਾਂ ਨੇ ਇੱਕ ਬਿਨਾਂ ਮਤਲਬ ਦੇ ਕੇਸ ਨੂੰ ਉਲਝਾਇਆ ਹੋਇਆ ਸੀ, ਅਤੇ ਇਹੋ ਜਿਹੇ ਕੇਸਾਂ ਦੇ ਵਿੱਚ ਸੁਪਰੀਮ ਕੋਰਟ ਨੂੰ ਵੀ ਦਖਲ ਦੇਣਾ ਪਿਆ, ਫੈਸਲਾ ਦੇਣਾ ਪਿਆ, ਅਤੇ ਹੁਣ ਮੈਨੂੰ ਆਸ ਆ ਕਿ ਮੁਖਤਿਆਰ ਅੰਸਾਰੀ ਉੱਥੇ ਚਲੇ ਜਾਣਗੇ। ਪਰ ਗੱਲ ਤਾਂ ਇਹ ਆ ਕਿ ਉਹਦੇ ਉੱਥੇ ਜਾਣਨਾ ਵੀ ਜਿਹੜਾ ਸਾਡਾ ਸਿਸਟਮ ਦੇ ਵਿੱਚ ਕੀ ਫਰਕ ਪਵੇ ਜੀ। ਇਹ ਤਾਂ ਬਾਹੂਬਲੀ ਇੰਨਾ ਵੱਡਾ ਆ, ਕਹਿੰਦੇ ਇਹਨੇ 3 ਚੋਣਾਂ ਤਾਂ ਜੇਲ੍ਹ 'ਚ ਬੈਠੇ ਨੇ ਲੜ ਲਈਆਂ ਸੀ ਜੀ। ਇਹਨਾਂ ਦੇ ਉੱਤੇ ਜਿਹੜਾ ਸਭ ਤੋਂ ਵੱਡਾ ਚਾਰਜ ਲੱਗਾ ਸੀ ਉਹ BJP ਦੇ ਇੱਕ ਲੀਡਰ ਸੀ ਕ੍ਰਿਸ਼ਨਾਨੰਦ ਰਾਏ ਜੀ। ਇਹ ਆਪ ਜੇਲ੍ਹ ਦੇ ਵਿੱਚ ਸੀ, ਕ੍ਰਿਸ਼ਨਾਨੰਦ ਰਾਏ 'ਤੇ ਹਮਲਾ ਹੋਇਆ, ਕ੍ਰਿਸ਼ਨਾਨੰਦ ਰਾਏ ਦੀ ਗੱਡੀ ਦੇ ਉੱਤੇ 400 ਤੋਂ ਜ਼ਿਆਦਾ ਫਾਇਰ ਹੋਏ ਸੀ AK-47 ਨਾਲ ਜੀ, ਅਤੇ ਉਹ ਬੰਦਾ ਥਾਂ 'ਤੇ ਮਾਰਤਾ ਗਿਆ ਸੀ। ਅਤੇ ਬਾਅਦ ਵਿੱਚ ਸਾਰੇ ਮੁਲਕ ਨੂੰ ਜਾਂ ਸਾਰਿਆਂ ਨੂੰ ਪਤਾ ਸੀ ਕਿ ਕ੍ਰਿਸ਼ਨਾਨੰਦ ਰਾਏ ਦਾ ਅਤੇ ਅੰਸਾਰੀ ਦਾ ਜਿਹੜਾ ਵੈਰ ਆ, ਅਤੇ ਉਹਦੇ ਵਿੱਚ ਇਹਨਾਂ ਦੀ ਹੀ ਉਹਨੂੰ ਮਰਵਾਉਣ ਦੇ ਵਿੱਚ ਜਾਂ ਮਾਰਨ ਦੇ ਵਿੱਚ ਸਾਰਾ ਕੁਛ ਇਹਦਾ ਕੰਮ ਆਪਣਾ ਆ। ਪਰ ਉਸ ਕੇਸ ਦੇ ਵਿੱਚੋਂ ਵੀ ਇਹ ਬਾਅਦ ਵਿੱਚ ਬਰੀ ਹੋਏ, ਅਤੇ ਬਿਲਕੁਲ ਇਹਨਾਂ ਨੇ ਪਿਛਲੀ ਇਲੈਕਸ਼ਨ ਵੀ ਜਿੱਤੀ ਸੀ, ਅਤੇ ਇਹ ਉਦੋਂ ਵੀ ਬਹੁਤ ਚਰਚਾ 'ਚ ਆਏ ਸੀ ਜਦੋਂ ਇਹਨਾਂ ਨੇ ਵਾਰਾਣਸੀ ਤੋਂ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ਼ MLA ਦੀ ਇਲੈਕਸ਼ਨ ਲੜਨ ਦੀ ਵੀ ਪੇਸ਼ਕਸ਼ ਕੀਤੀ। ਇਹ ਤਿਆਰ ਵੀ ਹੋ ਗਏ ਸੀ। ਬਾਅਦ ਵਿੱਚ ਫਿਰ ਜਿਹੜੇ ਉੱਥੇ ਇੱਕ BSF ਤੋਂ ਫੌਜੀ ਸੀਗੇ, ਜਿਨ੍ਹਾਂ ਨੇ BSF ਦੇ ਵਿੱਚ ਖਾਣੇ ਪੀਣੇ ਦੀਆਂ ਚੀਜ਼ਾਂ ਚੰਗੀਆਂ ਨਾ ਮਿਲਣ ਕਰਕੇ ਇੱਕ ਵੀਡੀਓ ਵਾਇਰਲ ਕੀਤੀ ਸੀ ਅਤੇ ਬੜੇ ਮਸ਼ਹੂਰ ਹੋਏ ਸੀ ਜੀ। ਉਹਨਾਂ ਨੇ ਉੱਥੋਂ ਇਲੈਕਸ਼ਨ ਲੜੀ ਸੀ ਆਮ ਆਦਮੀ ਪਾਰਟੀ ਵੱਲੋਂ ਜਾਂ ਕਿਸੇ ਹੋਰ ਪਾਰਟੀ ਵੱਲੋਂ, ਅਤੇ ਉਹਨਾਂ ਦੇ ਸਮਰਥਨ 'ਚ ਆ ਕੇ ਇਹਨਾਂ ਨੇ ਉਹਨੂੰ ਜਿਹੜਾ ਸੀਗਾ ਸਮਰਥਨ ਦੇ ਦਿੱਤਾ ਸੀਗਾ, ਅਤੇ ਮੁਖਤਾਰ ਅੰਸਾਰੀ ਨੇ ਉੱਥੋਂ ਇਲੈਕਸ਼ਨ ਜਿਹੜੀ ਆ BJP ਦੇ ਖਿਲਾਫ਼ ਨਹੀਂ ਲੜੀ ਸੀ। ਇੱਕ ਟਾਈਮ 'ਤੇ ਇਹਨਾਂ ਨੇ ਆਪਣਾ ਕੌਮੀ ਏਕਤਾ ਦਲ ਵੀ ਬਣਾਇਆ ਸੀ ਦੋਨਾਂ ਭਰਾਵਾਂ ਨੇ, ਅੰਸਾਰੀ ਬ੍ਰਦਰਸ ਦਾ ਬਹੁਤ ਵੱਡਾ ਦਬਦਬਾ ਰਿਹਾ। ਪਰ ਹੁਣ ਬੀਤੇ ਸਮੇਂ ਤੋਂ, ਬਹੁਤ ਲੰਬੇ ਸਮੇਂ ਤੋਂ ਜੇਲ੍ਹ 'ਚ ਹੀ ਹਨ, ਅਤੇ ਗੱਲ ਜਿਹੜੀ ਕੁੱਲ ਮਿਲਾ ਕੇ ਇਹੀ ਆ ਕਿ ਜਿਹੜੀ ਸਾਡੀ ਰਾਜਨੀਤੀ ਆ ਉਹਦੇ ਵਿੱਚ ਲੁੱਚੇ ਬੰਦਿਆਂ ਦਾ ਜਿਹੜਾ ਬੋਲਬਾਲਾ ਉਹ ਹਮੇਸ਼ਾ ਬਣਿਆ ਰਹੇ ਜੀ। ਸ਼ਰਮਾ ਜੀ, ਜਾਂਦੇ ਜਾਂਦੇ ਕਰੋਨਾ ਮਹਾਂਮਾਰੀ ਦੀ ਵੀ ਗੱਲ ਕਰ ਲਈਏ। ਕਰੋਨਾ ਨੇ ਵੀ ਅੱਜ ਕੱਲ੍ਹ ਸਾਰਿਆਂ ਨੂੰ ਭੜਥੂ ਪਾਇਆ ਹੋਇਆ ਆ, ਅਤੇ ਕੀ ਹੈ ਮੌਜੂਦਾ ਸਥਿਤੀ? ਮੌਜੂਦਾ ਸਥਿਤੀ ਇੱਕ ਤਾਂ ਜਿਹੜੀ ਬੁਰੀ ਖਬਰ ਉਹ ਆ ਕਿ ਕਰੋਨਾ ਦੇ ਮਾਮਲੇ 'ਚ ਜਿਹੜੀ ਬੁਰੀ ਖਬਰ ਆ ਸਵਲੀਨ ਜੀ, ਉਹ ਇਹ ਆ ਕਿ ਬੰਬੇ ਦੇ ਵਿੱਚ ਇੱਕ ਮੌਲ ਦੇ ਵਿੱਚ ਇਹਨਾਂ ਨੇ ਇੱਕ ਆਰਜ਼ੀ ਤੌਰ 'ਤੇ ਹੋਸਪਿਟਲ ਬਣਾਇਆ ਹੋਇਆ ਸੀ ਕਰੋਨਾ ਲਈ। ਉੱਥੇ ਕੱਲ੍ਹ ਇੱਕ ਅੱਗਜਨੀ ਦੀ ਘਟਨਾ ਹੋਈ ਆ, ਔਰ ਵੱਡੇ ਲੈਵਲ 'ਤੇ ਅੱਗ ਫੈਲ ਗਈ ਆ। 9 ਤੋਂ 11, ਕੁਝ ਅਖਬਾਰਾਂ 9 ਕਹਿੰਦੀਆਂ ਨੇ, ਕੁਝ 11-12 ਲੋਕਾਂ ਦੀ ਮੌਤ ਆ। ਜਿੰਨੇ ਵੀ ਹੋਏ ਆ ਉਹਦੇ 'ਚ ਜਿਹੜੇ ਮਰੀਜ਼ ਆ ਕਰੋਨਾ ਦੇ, ਉਹ ਜਲ ਕੇ ਮਰ ਗਏ ਆ। 19-20 ਲੋਕ ਉੱਥੇ ਜ਼ਖਮੀ ਆ, ਅਤੇ ਦੱਸਿਆ ਜਾਂਦਾ ਕਿ ਉੱਥੇ 20 ਤੋਂ ਜ਼ਿਆਦਾ ਜਿਹੜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਈਆਂ, ਉਹਨਾਂ ਨੇ ਉਸ ਅੱਗ ਨੂੰ ਕਾਬੂ ਕੀਤਾ। ਕਰੋਨਾ ਦੀ ਗੱਲ ਜਿਹੜੀ ਆ ਉਹਦੇ 'ਚ ਅਸੀਂ ਬਹੁਤ ਸਮੇਂ 'ਚ ਬੀਤੇ 'ਚ ਵਿੱਚ ਵੀ ਚਰਚਾ ਕਰਦੇ ਰਹੇ ਹਾਂ। ਇਹ ਕਹਾਣੀ ਨਹੀਂ ਸਮਝ ਆ ਰਹੀ ਪੂਰੇ ਹਿੰਦੁਸਤਾਨ ਨੂੰ ਕਿ ਕਰੋਨਾ ਜਿਹੜਾ ਆ ਉਹ ਕੁਝ ਸਟੇਟਾਂ ਦੇ ਵਿੱਚ ਹੀ ਕਿਉਂ ਫੈਲ ਰਿਹਾ। ਹਾਲਾਂਕਿ ਪੰਜਾਬ ਸਰਕਾਰ ਕਹਿ ਰਹੀ ਆ ਕਿ ਅਸੀਂ ਟੈਸਟ ਸਿਸਟਮ ਜਿਹੜਾ ਆ ਉਹ ਤੇਜ਼ ਕੀਤਾ ਹੈ, ਟੈਸਟਿੰਗ ਅਸੀਂ ਜ਼ਿਆਦਾ ਕਰ ਰਹੇ ਹਾਂ, ਤਦ ਕਰਕੇ ਕਰੋਨਾ ਫੈਲ ਰਿਹਾ। ਪਰ ਜੋ ਹਿੰਦੁਸਤਾਨ ਦੇ ਜਿਹੜੇ ਅੰਕੜੇ ਆ, 60,000 ਤੱਕ ਕੇਸ ਰੋਜ਼ਾਨਾ ਆਉਣ ਲੱਗ ਪਏ ਨੇ, ਅਤੇ ਉਹਨਾਂ ਦੇ ਵਿੱਚ ਵੱਡੀ ਗਿਣਤੀ ਜਿਹੜੀ ਆ ਉਹ ਸਿਰਫ ਮਹਾਰਾਸ਼ਟਰ ਤੋਂ ਆ, ਅਤੇ ਜ਼ਿਆਦਾਤਰ ਜਿਹੜੇ ਕੇਸ ਆ 3-4 ਹਜ਼ਾਰ ਦੇ ਕੇਸ, 3 ਹਜ਼ਾਰ ਦੇ ਕਰੀਬ ਕੇਸ ਰੋਜ਼ ਜਿਹੜਾ ਆ ਉਹ ਪੰਜਾਬ ਤੋਂ ਵੀ ਆ ਰਿਹਾ, ਅਤੇ ਮੌਤਾਂ ਦੀ ਗਿਣਤੀ ਵੀ ਇੱਦਾਂ ਜਿਹੜੀ 50 ਤੋਂ ਜ਼ਿਆਦਾ ਹੋ ਗਈ ਆ ਰੋਜ਼ਾਨਾ ਦੀ। ਪਰ ਹੁਣ ਜਿਹੜੇ ਮਾਹਰ ਆ ਉਹ ਇਹ ਕਹਿ ਰਹੇ ਆ ਕਿ ਕਰੋਨਾ ਦੇ ਦੌਰਾਨ ਹੁਣ ਜਿਹੜਾ ਲੋਕਡਾਊਨ ਆ ਉਹ ਅਸਰਦਾਰ ਨਹੀਂ ਹੋਵੇਗਾ, ਹੁਣ ਤਾਂ ਸਿਰਫ ਜਿਹੜੀ ਤੁਹਾਡੀ ਟੀਕਾਕਰਨ ਆ ਉਹਨੂੰ ਹੀ ਵਧਾਉਣਾ ਪਵੇਗਾ। ਅਤੇ ਚੱਲਦੇ ਚੱਲਦੇ ਇਹ ਵੀ ਗੱਲ ਨਾਲ ਆ ਕਿ ਹਿਮਾਚਲ ਦੇ ਵਿੱਚ ਜਿਹੜੀ ਸਰਕਾਰ ਆ ਉਹਨੇ ਜਿਹੜੇ ਸਕੂਲ ਆ ਉਹ ਬੰਦ ਕਰ ਦਿੱਤੇ ਜੀ।
ਅਤੇ ਪੰਜਾਬ ਸਰਕਾਰ ਪਹਿਲਾਂ ਹੀ ਸਕੂਲ ਜਿਹੜੇ ਬੰਦ ਕਰ ਚੁੱਕੀ ਆ, ਪਰ ਉਹ ਪਤਾ ਨਹੀਂ ਇਹਨਾਂ ਨੇ ਸਕੂਲ ਕਿੱਦਾਂ ਬੰਦ ਕੀਤੇ ਕਿੱਦਾਂ ਨਹੀਂ ਕੀਤੇ। ਕੁਝ ਸਕੂਲਾਂ ਦੇ ਵਿੱਚ ਬੱਚੇ ਜਿਹੜੇ ਆ ਹਾਲੇ ਵੀ ਜਿਹੜੇ ਆ ਜਾ ਰਹੇ ਆ, ਸ਼ਾਇਦ ਉਹਨਾਂ ਦੇ ਐਗਜ਼ਾਮ ਹੋਣਗੇ, ਸਟਾਫ ਜਿਹੜਾ ਆ ਉਹ ਵੀ ਸਕੂਲਾਂ 'ਚ ਜਾ ਰਿਹਾ, ਪਰ ਜਿਹੜਾ ਮਾਰਚ ਅਪ੍ਰੈਲ ਦਾ ਸਮਾਂ ਆ ਸਟਾਫ ਨੂੰ ਸਕੂਲ ਜਾਣਾ ਪੈਂਦਾ ਕਿਉਂਕਿ ਉਹਨਾਂ ਨੇ ਐਗਜ਼ਾਮ ਜਿਹੜੇ ਲਏ ਹੋਏ ਆ, ਉਹਨਾਂ ਦੇ ਰਿਜ਼ਲਟ ਦੇ ਐਨਾਲਿਸਿਸ ਕਰਨਾ, ਰਿਜ਼ਲਟ ਬਣਾਉਣੇ ਆ, ਰਿਪੋਰਟ ਬਣਨੀ ਆ, ਅਤੇ ਬੱਚਿਆਂ ਨੂੰ ਅਗਲੀਆਂ ਕਲਾਸਾਂ 'ਚ ਪ੍ਰੋਸੀਡ ਕਰਨਾ ਆ। ਅਤੇ ਹੁਣ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਕਿ 31 ਤੱਕ ਤਾਂ ਲੋਕਡਾਊਨ ਦੀ ਸਥਿਤੀ, ਜਿਹੜੀ ਲੋਕਡਾਊਨ ਨਹੀਂ ਸੋਰੀ ਸਕੂਲ ਜਿਹੜੇ ਬੰਦ ਕੀਤੇ ਸੀ ਉਹਦੀ ਸਥਿਤੀ ਆ। ਸਰਕਾਰਾਂ ਇਹਨੂੰ ਕਿੱਦਾਂ ਕਾਬੂ ਕਰਦੀਆਂ, ਇਹ ਤਾਂ ਸਰਕਾਰਾਂ 'ਤੇ ਆ, ਪਰ ਜਿਹੜੀ ਰਾਜਨੀਤੀ ਇਹਦੇ 'ਤੇ ਹੁੰਦੀ ਆ ਉਹ ਬੜੀ ਹੈਰਾਨੀ ਦੀ ਗੱਲ ਹੈ। ਜੀ, 5 ਸਟੇਟਾਂ 'ਚ ਇਲੈਕਸ਼ਨ ਹੋ ਰਹੇ ਆ, ਉੱਥੇ ਕੋਵਿਡ ਦਾ ਕੋਈ ਮਾਮਲਾ ਸਾਹਮਣੇ ਨਹੀਂ ਆ ਰਿਹਾ। ਪੰਜਾਬ ਅਤੇ ਮਹਾਰਾਸ਼ਟਰ ਜਾਂ ਕੁਝ ਕੇਰਲਾ ਦੇ ਵਿੱਚ ਕੁਝ ਨਜ਼ਰ ਆ ਰਿਹਾ, ਬਾਕੀ ਕਰੋਨਾ ਜਿਹੜਾ ਉਹ ਕਿਤੇ ਨਜ਼ਰ ਨਹੀਂ ਆ ਰਿਹਾ। ਦਿੱਲੀ ਦੇ ਵਿੱਚ ਜੋ ਇੰਨੇ ਵੱਡੇ ਲੈਵਲ 'ਤੇ ਜਿਹੜਾ ਇਕੱਠ ਆ ਕਿਸਾਨਾਂ ਦਾ, ਹੁਣ ਪਰਮਾਤਮਾ ਕਰੇ ਕਿ ਉੱਥੇ ਨਾ ਆਵੇ, ਪਰ ਉੱਥੇ ਵੀ ਕੋਈ ਕੋਵਿਡ ਦਾ ਹੁਣ ਤੱਕ ਕੋਈ ਕੇਸ ਸਾਹਮਣੇ ਨਹੀਂ ਆਇਆ। ਅਤੇ ਇਹ ਕੀ ਹੈ ਇਹਦੀ ਜਿਹੜੀ ਗੱਲਬਾਤ ਆ, ਇਹ ਤੋਂ ਸਮਝ ਕੁਛ ਨਹੀਂ ਲੱਗਦਾ। ਵੈਕਸੀਨੇਸ਼ਨ ਜਿਹੜੀ ਆ ਉਹ ਕਿਤੇ ਨਾ ਕਦੇ ਕਦੇ ਤਾਂ ਇਹ ਕਹਿੰਦੇ ਆ ਕਿ ਬਹੁਤ ਸਲੋਅ ਹੋ ਗਈ ਆ, ਕਦੇ ਕਹਿੰਦੇ ਆ ਠੀਕ ਚੱਲ ਰਹੀ ਆ, ਪਰ ਸਾਡੇ ਆਲੇ ਦੁਆਲੇ ਜਿੰਨੇ ਵੀ ਹੈਲਥ ਸੈਂਟਰ ਆ ਉੱਥੇ ਤੁਸੀਂ ਜਦੋਂ ਵੀ ਜਾਓ, ਜੇ ਤੁਸੀਂ 50 ਸਾਲ ਤੋਂ 45 ਸਾਲ ਤੋਂ ਵੱਡੇ ਹੋ, ਤੁਸੀਂ ਆਪਣਾ ਆਧਾਰ ਕਾਰਡ ਦੇ ਕੇ ਅਤੇ ਵੈਕਸੀਨੇਸ਼ਨ ਜਿਹੜੀ ਆ ਕਰਵਾ ਸਕਦੇ ਆ। ਅਤੇ ਹੁਣ ਕਾਫੀ ਲੋਕ ਜਿਹੜੇ ਆ ਵੈਕਸੀਨੇਸ਼ਨ ਕਰਵਾ ਵੀ ਰਹੇ ਆ। ਸ਼ਰਮਾ ਜੀ, ਪੰਜਾਬ ਸਰਕਾਰ ਨੇ ਕਰੋਨਾ ਨੂੰ ਲੈ ਕੇ ਕਿਹੜੇ ਨਵੇਂ ਆਦੇਸ਼ ਦਿੱਤੇ ਨੇ? ਸੁਲੀਨ ਜੀ, ਪੰਜਾਬ ਦੇ ਵਿੱਚ ਜਿਹੜੀ ਆ ਆਉਣ ਵਾਲਾ ਵੱਡਾ ਤਿਉਹਾਰ, ਪੰਜਾਬ ਨਹੀਂ ਭਾਰਤ ਦਾ ਜਿਹੜਾ ਵੱਡਾ ਤਿਉਹਾਰ ਆ, ਉਹ ਹੋਲੀ ਆ ਰਿਹਾ ਸਾਹਮਣੇ। ਅਤੇ ਹੋਲੀ ਜਿਹੜੀ ਆ ਸਾਰੇ ਹਿੰਦੁਸਤਾਨ 'ਚ ਹੁੰਦੀ ਆ, ਅਤੇ ਖਾਲਸਾਈ ਸ਼ਾਨ ਦਾ ਜਿਹੜਾ ਤਿਉਹਾਰ ਆ ਉਹ ਹੋਲਾ ਮਹੱਲਾ ਆ। 29 ਤਰੀਕ ਨੂੰ ਇੱਕ ਦੋ ਦਿਨਾਂ ਦੇ ਵਿੱਚ ਹੋਲਾ ਮਹੱਲੇ ਦਾ ਜਿਹੜਾ ਤਿਉਹਾਰ ਆ ਉਹ ਆ ਰਿਹਾ। ਅਤੇ ਉਹਨੂੰ ਦੇਖਦਿਆਂ ਹੋਇਆਂ ਪੰਜਾਬ ਸਰਕਾਰ ਨੇ ਕੁਝ ਆਦੇਸ਼ ਜਾਰੀ ਕੀਤੇ ਨੇ, ਲੋਕਾਂ ਨੂੰ ਸੰਜਮ ਵਰਤਣ ਦੀ ਸਲਾਹ ਵੀ ਦਿੱਤੀ ਆ, ਅਤੇ ਨਾਲ ਦੇ ਨਾਲ ਜਿਹੜੇ ਦੇਖਣ ਵਾਲੀਆਂ ਥਾਵਾਂ ਆ ਅਤੇ ਮਿਊਜ਼ੀਅਮ ਆ ਬੰਦ ਕੀਤਾ। ਉਹਦੇ ਵਿਰੋਧ ਦੇ ਵਿੱਚ ਹੀ ਜਿਹੜੀ ਸਿੱਖ ਸੰਗਤ ਨੇ ਇਹ ਗੱਲ ਦੱਸੀ ਆ ਕਿ ਬਹੁਤ ਸਾਰੇ ਲੋਕਾਂ ਨੇ ਹੁਣ ਅਨੰਦਪੁਰ ਸਾਹਿਬ ਜਾਣਾ ਆ, ਅਤੇ ਜਿਹੜਾ ਵਿਰਾਸਤ ਏ ਖਾਲਸੇ ਦਾ ਬੰਦ ਹੋਣਾ ਉਹਨੂੰ, ਉਸ ਸੀਰੀਜ਼ ਨੂੰ ਦੂਜੇ ਤਰੀਕੇ ਨਾਲ ਦੇਖਿਆ ਜਾ ਰਿਹਾ ਕਿ ਇਹ ਰਾਜਨੀਤੀ ਦੀ ਹੀ ਘਟਨਾ ਹੈ। ਪਰ ਇਹ ਗੱਲ ਕਿਤੇ ਨਾ ਕਿਤੇ ਦੇਖਦੀ ਵੀ ਹੈ ਕਿ ਜੇ ਕੋਵਿਡ ਦੀ ਹੀ ਗੱਲ ਕਰੀਏ ਤਾਂ ਕਾਫੀ ਦਿਨਾਂ ਤੋਂ ਫੈਲਿਆ ਹੋਇਆ, ਅਤੇ ਬਿਲਕੁਲ ਇਹਨਾਂ ਦਿਨਾਂ ਦੇ ਵਿੱਚ ਹੀ ਆ ਕੇ ਉਸ ਸੰਸਥਾਵਾਂ ਨੂੰ, ਉਹਨਾਂ ਜਿਹੜੇ ਆ ਦੇਖਣਯੋਗ ਸੰਸਥਾਧਨਾਂ ਨੂੰ ਬੰਦ ਕਰਨਾ, ਉਹ ਕਿਤੇ ਨਾ ਕਿਤੇ ਰਾਜਨੀਤੀ ਵੀ ਜਾਪਦੀ ਆ। ਪਰ ਜੇ ਅਸੀਂ ਇਹਦੇ 'ਤੇ ਨਾ ਟਿੱਪਣੀ ਕਰੀਏ ਤਾਂ ਚੰਗੀ ਗੱਲ ਆ, ਕਿਉਂਕਿ ਬਿਮਾਰੀ ਤੋਂ ਜੇ ਅਸੀਂ ਬਚੇ ਰਹਾਂਗੇ ਤਾਂ ਜ਼ਿਆਦਾ ਚੰਗੀ ਗੱਲ ਆ। ਬਹੁਤ ਜ਼ਿਆਦਾ ਮਾਤਰਾ 'ਚ, ਬਹੁਤ ਜ਼ਿਆਦਾ ਗਿਣਤੀ 'ਚ ਲੋਕ ਉੱਥੇ ਜਾਂਦੇ ਨੇ, ਨਤਮਸਤਕ ਹੁੰਦੇ ਨੇ, ਸ਼ਰਧਾ ਵੀ ਆ, ਅਤੇ ਸਾਡਾ ਤਿਉਹਾਰ ਵੀ ਆ, ਅਤੇ ਖਾਲਸੇ ਦਾ ਸਥਾਪਨਾ ਦਿਵਸ ਵੀ ਆ, ਉਹ ਵੀ ਮਨਾਇਆ ਜਾਣਾ ਹੈ। ਪਰ ਜੇ ਬਿਮਾਰੀ ਤੋਂ ਬਚਿਆ ਜਾਵੇ ਤਾਂ ਚੰਗਾ ਹੈ। ਰਾਜਨੀਤੀ ਆਪਣੀ ਜਗ੍ਹਾ ਹੈ, ਪਰ ਆਪਣੀ ਜਾਨ ਨਾਲੋਂ ਵੱਧ ਕੇ ਕੋਈ ਰਾਜਨੀਤੀ ਨਹੀਂ। ਬਿਲਕੁਲ ਸ਼ਰਮਾ ਜੀ, ਤੁਸੀਂ ਸਟੂਡੀਓ 'ਚ ਆਏ ਅਤੇ ਸਾਡੇ ਦਰਸ਼ਕਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਸੁਲੀਨ ਜੀ। ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ 'ਤੇ ਨਵੀਂ ਗੱਲਬਾਤ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।